ਦੌਰਾਨਾ ਸਾਂਝ ਪੰਜਾਬ ਦੀ ਚੈਨਲ ਦੇਖ ਰਹੇ ਦਰਸ਼ਕੋ, ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ। ਮੈਂ ਹਾਂ ਤੁਹਾਡਾ ਆਪਣਾ ਤਰਸੇਮ ਸਿੰਘ ਤਰਾਨਾ। ਮੇਰੇ ਨਾਲ ਮੇਰਾ ਕੈਮਰਾਮੈਨ ਲਖਵਿੰਦਰ ਬਾਬੂ ਅਠਵਾਲ। ਅੱਜ ਅਸੀਂ ਪਹੁੰਚੇ ਹਾਂ ਪਿੰਡ ਸ਼ਨੀ ਮੁਹਾਲਾ। ਇਹ ਪਠਾਨਕੋਟ ਜ਼ਿਲ੍ਹੇ ਦਾ ਪਿੰਡ ਆ। ਇੱਕ ਸਾਈਡ 'ਤੇ ਆਖਰੀ ਰਾਵੀ ਦਰਿਆ ਦੇ ਕਿਨਾਰੇ ਦੇ ਐਨ ਵਸਿਆ ਕੋਈ 2500 ਪਰਿਵਾਰਾਂ ਦੀ ਆਬਾਦੀ ਵਾਲਾ ਇਹ ਪਿੰਡ ਆ। ਇੱਥੇ ਹਿੰਦੂ ਭਾਈਚਾਰਾ ਬਹੁਤ ਵੱਡੀ ਗਿਣਤੀ 'ਚ ਵੱਸਦਾ। ਇੱਥੇ ਅਸੀਂ ਸੰਨ 47 ਦੀ ਵੰਡ ਵੇਲੇ ਦੇ ਹਵਾਲੇ ਨਾਲ ਗੱਲ ਕਰਾਂਗੇ ਬਾਪੂ ਜੈ ਸ਼੍ਰੀ ਰਾਮ। ਹਾਂਜੀ ਹਾਂਜੀ, ਉਹਨਾਂ ਦੇ ਘਰ ਜਾਵਾਂਗੇ, ਉਹਨਾਂ ਨਾਲ ਗੱਲ ਕਰਾਂਗੇ, ਕਿਉਂਕਿ ਉਹ ਹੈ ਇਸੇ ਪਿੰਡ ਦੇ ਪੱਕੇ ਵਸਨੀਕ ਨੇ। ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਵੜਕੇ ਜਿਹੜੇ ਆ ਉਹ ਇਸ ਸ਼ਨੀ ਮੁਹਾਲਾ ਪਿੰਡ ਦੇ ਵਿੱਚ ਹੀ ਵੱਸਦੇ ਆਏ ਨੇ। ਇਹ ਪਿੰਡ ਦੇ ਵਿੱਚ ਕੁਝ ਮੁਸਲਮਾਨ ਪਰਿਵਾਰ ਰਹਿੰਦੇ ਸੀ। ਆਲੇ ਦੁਆਲੇ ਜਿਹੜੇ ਪਿੰਡ ਨੇ ਉੱਥੇ ਵੀ ਮੁਸਲਮਾਨ ਪਰਿਵਾਰ ਸਨ। ਉਸ ਟਾਈਮ ਦੇ ਵਿੱਚ ਇਹ ਪਿੰਡ 'ਚ ਕੀ ਵਾਪਰਿਆ, ਕਿਵੇਂ ਉਹ ਮੁਸਲਮਾਨ ਪਰਿਵਾਰਾਂ ਨੂੰ ਇੱਥੋਂ ਕੱਢਿਆ ਗਿਆ ਜਾਂ ਕੀ ਉਹਨਾਂ ਨਾਲ ਹੋਇਆ, ਇਹ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਉਹਨਾਂ ਦੇ ਘਰ ਜਾ ਕੇ ਇੱਥੇ ਆਏ ਸੀ ਅਸੀਂ। ਬੜਾ ਲੰਬੇ ਚਿਰ ਤੋਂ ਸਾਡੀ ਇਹ ਮਨ 'ਚ ਰੀਹ ਸੀ ਵੀ ਉਹ ਪਿੰਡ 'ਚ ਜਾਇਆ ਜਾਵੇ, ਕਿਉਂਕਿ ਅਸੀਂ ਪਿਛਲਾ ਜਿਹੜਾ ਐਪੀਸੋਡ ਆ ਸਾਡੇ ਕਿਸ਼ਤਿਆ ਉਹ ਅਸੀਂ ਤਰਨ ਤਾਰਨ ਜ਼ਿਲ੍ਹੇ 'ਚ ਤੁਹਾਨੂੰ ਮਿਲਾਇਆ ਸੀ ਬਜ਼ੁਰਗਾਂ ਨਾਲ। ਉਸ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ 'ਚ ਵੀ ਸਾਡੀ ਜਾਣ ਦੀ ਤਮੰਨਾ ਸੀ, ਅੱਜ ਅਸੀਂ ਇਹ ਪਿੰਡ 'ਚ ਆਏ ਹਾਂ। ਇਹ ਨੌਜਵਾਨ ਇੱਥੋਂ ਦੇ ਵਸਨੀਕ ਨੇ। ਦੱਸਿਓ ਜੀ ਇਹਨਾਂ ਦਾ ਤੁਹਾਡੇ ਅਲੱਗ ਅਲੱਗ ਕਿਹੜੇ ਕਿਹੜੇ ਪਿੰਡ ਨੇ ਇੱਥੇ? ਸਾਡੇ ਅਲੱਗ ਅਲੱਗ ਜਿਵੇਂ ਮੈਂ ਦੱਸਾਂ ਕਿ ਜੁਗਿਆਲ, ਰਾਏਪੁਰ, ਰਾਣੀਪੁਰ, ਜੈਣੀ ਅਤੇ ਸ਼ਾਹਪੁਰ ਗੰਡੀ ਆਪਾਂ ਕਹਿ ਸਕਦੇ ਹਾਂ। ਸਾਡੇ ਪਿੰਡ ਦੇ ਨੇੜੇ ਨੇੜੇ ਜਿੰਨੇ ਵੀ ਸਾਰੇ ਆਲੇ ਦੁਆਲੇ ਦੇ ਮਤਲਬ ਕਿ ਪਿੰਡ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ, ਸਾਰੇ ਪਿੰਡ ਸਾਡੇ ਪਿੰਡ। ਇੱਥੇ ਅਲੱਗ ਅਲੱਗ ਸਿੱਖ ਵਸੋਂ ਵੀ ਹੈਗੀ ਕੋਈ? ਸਿੱਖ ਵਸੋਂ ਵੀ ਹੈਗੀ ਆ, ਬਟ ਆਪਾਂ ਅਗਰ ਗੱਲ ਕਰੀਏ ਤਾਂ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਜ਼ਿਆਦਾ ਨਹੀਂ ਹੈਗੇ। ਮੈਕਸੀਮਮ ਇੱਥੇ ਹਿੰਦੂ ਹੀ ਮਤਲਬ ਇੱਥੇ ਜ਼ਿਆਦਾ ਵੱਸਦੇ ਆ, ਹਿੰਦੂ ਪਰਿਵਾਰ ਜ਼ਿਆਦਾ ਨੇ ਇੱਥੇ। ਅਤੇ ਆਓ ਚੱਲੀਏ ਤੁਹਾਨੂੰ ਬਾਪੂ ਜੈ ਸ਼੍ਰੀ ਰਾਮ ਉਹਨਾਂ ਦੇ ਘਰ ਚੱਲਦੇ ਹਾਂ, ਉਹਨਾਂ ਨਾਲ ਗੱਲ ਕਰਦੇ ਹਾਂ। ਇੱਥੇ ਅੱਜ ਪਿੰਡ ਸ਼ਨੀ ਮੁਹਾਲਾ ਵਿੱਚ ਸੰਨ 47 ਦੀ ਵੰਡ ਦੇ ਹਵਾਲੇ ਨਾਲ ਗੱਲਬਾਤ ਕਰਨ ਲਈ ਅਸੀਂ ਪਹੁੰਚੇ ਹਾਂ ਬਾਪੂ ਜੈ ਸ਼੍ਰੀ ਰਾਮ ਜੀ ਉਹਨਾਂ ਦੇ ਘਰ। ਪਰ ਇੱਥੇ ਆਣ ਕੇ ਬੜੀ ਵੱਡੀ ਖੁਸ਼ੀ ਹੋਈ ਸਾਨੂੰ, ਪਤਾ ਲੱਗਾ ਕਿ ਬਾਪੂ ਜੀ ਅੱਜ 100 ਸਾਲ ਉਮਰ ਦੇ ਹੋ ਚੁੱਕੇ ਨੇ ਅਤੇ ਬੜੀ ਚੰਗੀ ਅਤੇ ਨਰੋਈ ਸਿਹਤ ਹੈ ਉਹਨਾਂ ਦੀ। ਬੜਾ ਵੱਡਾ ਪਰਿਵਾਰ ਹੈ ਉਹਨਾਂ ਦਾ ਅਤੇ ਉਹ ਇਸੇ ਖੁਸ਼ੀ ਦੇ ਵਿੱਚ ਉਹ ਪਰਿਵਾਰ ਵਾਲੇ ਅੱਜ ਇੱਕ ਜੱਗ ਕੀਤਾ ਪਰਮਾਤਮਾ ਦੇ ਸ਼ੁਕਰਾਨੇ ਵਜੋਂ। ਔਰ ਉਹਨਾਂ ਲੰਗਰ ਲਗਾਇਆ ਅਤੇ ਔਰ ਸਾਰਾ ਪਰਿਵਾਰ ਉਹ ਲੰਗਰ ਛਕ ਰਿਹਾ ਇਸ ਵੇਲੇ। ਇਹ ਜਿਹੜੇ ਮੇਰੇ ਨਾਲ ਬੈਠੇ ਨੇ ਸਭ ਤੋਂ ਪਹਿਲੇ ਤਾਂ ਇਹ ਨੇ ਬਾਪੂ ਜੈ ਸ਼੍ਰੀ ਰਾਮ ਜੀ। ਇਹਨਾਂ ਦੇ ਨਾਲ ਇਹਨਾਂ ਦੇ ਭਾਈ ਬੈਠੇ ਨੇ ਸਰਦਾਰ ਬੇਲੀ ਰਾਮ ਸਿੰਘ ਜੀ ਜਿਹੜੇ ਰਿਟਾਇਰਡ ਅਫਸਰ ਨੇ। ਉਸ ਤੋਂ ਬਾਅਦ ਅੱਗੇ ਜਿਹੜੇ ਆਪਣੇ ਪਰਮ ਮਿੱਤਰ ਨੇ ਅਤੇ ਸਾਡੀ ਇਸ ਸਾਰੇ ਪੰਜਾਬ ਦੀ ਚੈਨਲ ਟੀਮ ਦੇ ਮੈਂਬਰ ਹੀ ਸਮਝੋ, ਬਰਾਹੇ ਬਗਾਏ ਸਾਨੂੰ ਗਾਈਡ ਕਰਦੇ ਨੇ, ਸਾਡੀ ਹਰ ਪੱਖੋਂ ਮਦਦ ਕਰਦੇ ਨੇ, ਡਾਕਟਰ ਕਮਲਜੀਤ ਸਿੰਘ ਕੇਜੇ। ਉਸ ਤੋਂ ਬਾਅਦ ਬਾਪੂ ਜੀ ਦਾ ਬੇਟਾ ਖੜਾ, ਉਸ ਤੋਂ ਬਾਅਦ ਅੱਗੇ ਉਹਨਾਂ ਦਾ ਸਾਰਾ ਆਪਣਾ ਪਰਿਵਾਰ ਆ। ਇਹ ਬੈਠ ਕੇ ਅੱਜ ਸਮੂਹਿਕ ਤੌਰ ਦੇ ਉੱਤੇ ਖੁਸ਼ੀ ਦੇ ਵਿੱਚ, ਬਾਪੂ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਸਾਂਝੇ ਰੂਪ ਵਿੱਚ ਬੈਠ ਕੇ ਲੰਗਰ ਛੱਕ ਰਹੇ ਨੇ। ਇਹ ਤੁਸੀਂ ਉਹਨਾਂ ਦੇ ਜਿਹੜਾ ਹੁਣ ਦੇਖ ਰਹੇ ਹੋ ਇਹ ਸਾਰਾ ਆਪਣਾ ਪਰਿਵਾਰ ਆ। ਅਤੇ ਇਹ ਜਿਹੜਾ ਪਿੰਡ ਆ ਇਹ ਅਰਧ ਡੋਗਰਾ ਪਿੰਡ ਆ ਅਤੇ ਇਹ ਆਪਣੀ ਸੱਭਿਅਤਾ ਦੇ ਮੁਤਾਬਕ ਪੱਤਰਾਂ ਦੇ ਵਿੱਚ ਇਹ ਲੰਗਰ ਛੱਕ ਰਹੇ ਆ, ਕਿਉਂਕਿ ਇਹ ਇੱਕ ਸਾਈਡ ਦੇ ਉੱਤੇ ਇੱਥੋਂ ਥੋੜ੍ਹੇ ਦੀ ਦੂਰੀ ਦੇ ਉੱਤੇ ਹੀ J&K ਸਟੇਟ ਪੈਂਦੀ ਆ ਅਤੇ ਨਾਲ ਲੱਗਦੀ ਆ ਹਿਮਾਚਲ ਦੀ ਸਟੇਟ, ਹਿਮਾਚਲ ਪ੍ਰਦੇਸ਼। ਅਤੇ ਇਹ ਅਰਧ ਡੋਗਰਾ ਇਲਾਕਾ ਆ ਅਤੇ ਆਪਣੀ ਸੱਭਿਅਤਾ ਦੇ ਮੁਤਾਬਕ ਇਹ ਪੱਤਲਾਂ ਦੇ ਵਿੱਚ ਲੰਗਰ ਛਕ ਰਹੇ ਨੇ।
ਅਤੇ ਇਹ ਤੁਸੀਂ ਜਿਹੜਾ ਇਹ ਦੇਖਦੇ ਹੋ ਇਹ ਸਾਰਾ ਬਾਪੂ ਜੀ ਦਾ ਆਪਣਾ ਪਰਿਵਾਰ ਆ। ਇਸ ਤੋਂ ਪਹਿਲਾਂ ਹੋਰ ਵੀ ਪਿੰਡ ਵਾਲੇ ਜਿੰਨੇ ਲੋਕ ਸੀਗੇ ਸਾਰਿਆਂ ਨੇ ਇਸ ਲੰਗਰ 'ਚ ਇਸ ਜੱਗ 'ਚ ਹਿੱਸਾ ਲਿਆ। ਬੜੀ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਇਹ ਅਸੀਂ ਅੱਜ ਇੱਕ ਇਹੋ ਜਿਹੇ ਬਜ਼ੁਰਗ ਸ਼ਖਸੀਅਤ ਨਾਲ ਗੱਲਬਾਤ ਕਰਨ ਲੱਗੇ ਹਾਂ ਜਾਂ ਤੁਹਾਡੀ ਗੱਲ ਮੁਲਾਕਾਤ ਕਰਾਉਣ ਲੱਗੇ ਹਾਂ ਜਿਹੜੇ ਅੱਜ ਦੇ ਦਿਨ 100 ਸਾਲ ਦੇ ਹੋਏ ਨੇ। ਅਤੇ ਇਹ ਇਸ ਹੀ ਪਿੰਡ ਦੇ ਸਨ, ਇਹਨਾਂ ਨੇ ਜਿਹੜੀ ਸਿਹਤ ਆ ਇਹਨਾਂ ਦੀ ਤੰਦਰੁਸਤੀ ਦੀ ਉਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਦੇਖੋ ਇਹਨਾਂ ਦਾ ਅਜੇ ਵੀ ਨਰੋਆ ਸਿਹਤ ਆ ਬਿਲਕੁਲ ਔਰ ਬਿਨਾਂ ਰੋਗ ਤੋਂ ਰਹਿਤ ਨੇ। ਇਸ ਤੋਂ ਬਾਅਦ ਤੁਹਾਨੂੰ ਹੁਣ ਬਾਪੂ ਜੀ ਨਾਲ ਮੁਲਾਕਾਤ ਕਰਾਉਂਦੇ ਹਾਂ। ਹੁਣ ਅਸੀਂ ਪਹੁੰਚ ਗਏ ਹਾਂ ਬਾਪੂ ਜੈ ਸ਼੍ਰੀ ਰਾਮ ਜੀ ਦੇ ਘਰ। ਉਹਨਾਂ ਦਾ ਪੂਰਾ ਪਰਿਵਾਰ ਬੈਠਾ ਹੋਇਆ। ਬੜੀ ਖੁਸ਼ੀ ਵਾਲੀ ਗੱਲ ਸੀ ਕਿ ਅੱਜ ਉਹ ਆਪਣਾ ਜਿਹੜਾ ਉਹਨਾਂ ਦਾ ਜਨਮ ਦਿਨ ਆ 100 ਸਾਲ ਪੂਰੇ ਕੀਤੇ ਨੇ ਉਹਨਾਂ ਨੇ, ਉਹਦੀ ਖੁਸ਼ੀ ਦੇ ਵਿੱਚ ਪਹਿਲਾਂ ਹੀ ਪਰਿਵਾਰ ਸਾਰਾ ਇਕੱਠਾ ਹੋਇਆ ਸੀਗਾ। ਇਹ ਇੱਕ ਹੋਰ ਤੁਹਾਨੂੰ ਗੱਲ ਦੱਸਦੇ ਹਾਂ ਕਿ ਇਹ ਸਾਡੇ ਡਾਕਟਰ ਸਾਹਿਬ ਜੀ ਦਾ ਆਪਣਾ ਪਰਿਵਾਰ, ਡਾਕਟਰ ਕਮਲਜੀਤ ਸਿੰਘ ਕੇਜੇ ਜਿਹੜੇ ਸਾਡੀ ਇਹ ਟੀਮ ਦੇ ਮੈਂਬਰ ਵੀ ਨੇ, ਸਾਡੇ ਪਰ ਮਿੱਤਰ ਵੀ ਨੇ, ਇਹ ਸਾਰਾ ਪਰਿਵਾਰ ਉਹਨਾਂ ਦਾ ਆ। ਅਤੇ ਉਹਨਾਂ ਕੋਲ ਪੁੱਛਣਾ ਕਿ ਇਹ ਦਰਜਾ ਬਦਰਜਾ ਕਿਹੜੇ ਕਿਹੜੇ ਬੈਠੇ ਨੇ ਉਹਨਾਂ ਪਰਿਵਾਰ ਦੇ ਮੈਂਬਰ, ਡਾਕਟਰ ਸਾਹਿਬ ਦੱਸੋ। ਮੈਂ ਬਹੁਤ ਧੰਨਵਾਦੀ ਹਾਂ ਤਰਸੇਮ ਸਿੰਘ ਜੀ ਤਰਾਨਾ ਔਰ ਉਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਬਹੁਤ ਹੀ ਅੱਛਾ ਉਪਰਾਲਾ ਸ਼ੁਰੂ ਕੀਤਾ ਸਾਂਝ ਪੰਜਾਬ ਦੀ, ਕਿ ਪਾਰਟੀਸ਼ਨ ਦੇ ਟਾਈਮ ਜਿਹੜੇ ਲੋਕ ਭਾਰਤ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਲੋਕ ਜਿਹੜੇ ਉਜੜ ਕੇ ਆਏ ਉਹਨਾਂ ਨੇ ਕਿਸ ਤਰ੍ਹਾਂ ਆਏ, ਕਿਸ ਤਰ੍ਹਾਂ ਉਹਨਾਂ ਨੂੰ ਮੁਸ਼ਕਲਾਂ ਝੱਲਣੀਆਂ ਪਈਆਂ ਔਰ ਇਹ ਪਿੰਡ ਪਿੰਡ ਜਾ ਕੇ ਜ਼ਿਲ੍ਹੇ ਜ਼ਿਲ੍ਹੇ ਜਾ ਕੇ ਪ੍ਰੋਗਰਾਮ ਕਰ ਰਹੇ ਨੇ। ਬਹੁਤ ਵੱਡਾ ਉਪਰਾਲਾ, ਪਾਕਿਸਤਾਨ ਪੰਜਾਬ ਤੋਂ ਵੀ ਬਹੁਤ ਅੱਛੀ ਰਿਸਪੋਂਸ ਮਿਲ ਰਹੀ ਹੈ, ਉੱਥੋਂ ਵੀ ਜਿਹੜੇ ਨੇ ਟੀਮਾਂ ਇਸੇ ਤਰ੍ਹਾਂ ਹੀ ਕੰਮ ਕਰ ਰਹੀਆਂ ਨੇ। ਜਦੋਂ ਅਸੀਂ ਵੀਡੀਓ ਦੇਖਦੇ ਹਾਂ, ਵੀਡੀਓ ਤੋਂ ਬਾਅਦ ਜਿਹੜੇ ਕਮੈਂਟਸ ਆਉਂਦੇ ਨੇ ਉਹ ਕਮੈਂਟਸ ਜਿਹੜੇ ਭਾਰਤ ਤੋਂ ਹੀ ਨਹੀਂ ਆਉਂਦੇ, ਇੰਡੀਆ ਤੋਂ ਨਹੀਂ ਆਉਂਦੇ, ਪਾਕਿਸਤਾਨ ਤੋਂ ਵੀ ਬਹੁਤ ਅੱਛੇ ਕਮੈਂਟਸ ਆਉਂਦੇ ਨੇ ਔਰ ਪੂਰੇ ਕੰਟਰੀਜ਼ ਦੇ, ਫੋਰਨ ਦੇ ਵਿੱਚੋਂ, ਪੂਰੇ ਵਰਲਡ ਦੇ ਵਿੱਚੋਂ ਵੱਖਰੇ ਵੱਖਰੇ ਕੰਟਰੀਜ਼ 'ਚੋਂ ਬੜੇ ਅੱਛੇ ਅੱਛੇ ਕਮੈਂਟਸ ਆ ਰਹੇ ਨੇ। ਮੈਂ ਇੱਕ ਵਾਰੀ ਫਿਰ ਧੰਨਵਾਦੀ ਹਾਂ ਤਰਾਨਾ ਸਾਹਿਬ ਦਾ ਕਿ ਉਹਨਾਂ ਨੇ ਮੇਰੀ ਰਿਕੁਐਸਟ 'ਤੇ ਮੇਰੇ ਪਿੰਡ ਦੇ ਵਿੱਚ ਮੇਰੇ ਤਾਇਆ ਜੀ ਔਰ ਮੇਰੇ ਪਿਤਾ ਜੀ ਔਰ ਸਾਡੇ ਪਰਿਵਾਰ ਦਾ ਜਿਹੜਾ ਹੈਗਾ ਉਹ ਇੰਟਰਵਿਊ ਕਰ ਰਹੇ ਨੇ। ਅਸੀਂ ਜਿਸ ਘਰ ਦੇ ਵਿੱਚ ਖੜ੍ਹੇ ਹਾਂ ਇਹ ਸਾਡਾ ਜਿਹੜਾ ਘਰ ਹੈਗਾ, ਮੈਂ ਇੱਥੇ ਪੈਦਾ ਹੋਇਆ, ਸਾਡਾ ਸਾਰਾ ਪਰਿਵਾਰ ਇੱਥੇ ਹੀ ਪੈਦਾ ਹੋਇਆ ਔਰ ਵੱਖਰੇ ਵੱਖਰੇ ਘਰ ਫਿਰ ਅਲੱਗ ਅਲੱਗ ਹੋਏ ਨੇ। ਅਤੇ ਹੁਣ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਤਾਇਆ ਜੀ ਸ਼੍ਰੀ ਜੈ ਸ਼੍ਰੀ ਰਾਮ ਜੀ ਜਿਹੜੇ ਕਰੀਬ ਕਰੀਬ ਇਸ ਟਾਈਮ 100 ਸਾਲ ਦੇ ਹੋਏ ਨੇ ਔਰ ਅੱਜ ਆਪਣੇ ਪਰਿਵਾਰ ਦੇ ਵਿੱਚ 100 ਸਾਲ ਜਨਮਦਿਨ ਮਨਾ ਰਹੇ ਸੀਗੇ ਔਰ ਸਾਡਾ ਸਾਰਾ ਪਰਿਵਾਰ, ਤਾਇਆ ਜੀ ਦੇ ਬੱਚੇ, ਸਾਡੇ ਅਸੀਂ ਸਾਰੇ ਇਹਨਾਂ ਦੀਆਂ ਬੇਟੀਆਂ, ਪੋਤਰੇ, ਪੜਪੋਤਰਿਆਂ ਵਾਲੇ ਨੇ ਉਹ ਸਾਰੇ ਇਕੱਠੇ ਹੋਏ ਨੇ। ਇਸ ਟਾਈਮ ਤਰਾਨਾ ਜੀ ਆਏ ਨੇ, ਇਹਨਾਂ ਦੇ ਨਾਲ ਬੈਠੇ ਨੇ ਮੇਰੇ ਪਿਤਾ ਜੀ ਸ਼੍ਰੀ ਬੇਲੀ ਰਾਮ ਸਿੰਘ ਜੀ, ਇਹ ਰਿਟਾਇਰਡ ਅਸਿਸਟੈਂਟ ਕਮਾਂਡੈਂਟ ਨੇ CRPF ਦੇ ਵਿੱਚੋਂ, ਇਹ ਬੈਠੇ ਨੇ ਨਾਲ ਮੇਰੇ ਮਾਤਾ ਜੀ ਸ਼੍ਰੀਮਤੀ ਸਵਿਤਰੀ ਦੇਵੀ ਜੀ ਔਰ ਇੱਧਰ ਬੈਠੇ ਨੇ ਤਾਇਆ ਜੀ ਦੇ ਸਭ ਤੋਂ ਵੱਡੇ ਬੇਟੇ ਸ਼੍ਰੀ ਅਮਰ ਸਿੰਘ ਜੀ ਔਰ ਉਹਨਾਂ ਦੇ ਪਿੱਛੇ ਖੜ੍ਹੀ ਆ ਇਹਨਾਂ ਦੀ ਵਾਈਫ ਸ਼੍ਰੀਮਤੀ ਸੁਦੇਸ਼ ਰਾਣੀ ਜੀ। ਉਹਨਾਂ ਦੇ ਨਾਲ ਬੈਠੇ ਨੇ ਸ਼੍ਰੀ ਗਿਰਧਾਰੀ ਲਾਲ ਜੀ, ਤਾਇਆ ਜੀ ਦੇ ਦੂਸਰੇ ਨੰਬਰ 'ਤੇ ਜਿਹੜੇ ਬੇਟੇ ਨੇ ਔਰ ਉਹਨਾਂ ਦੇ ਪਿੱਛੇ ਖੜ੍ਹੀ ਹੈ ਉਹਨਾਂ ਦੀ ਵਾਈਫ, ਤੀਸਰੇ ਨੰਬਰ 'ਤੇ ਬਿਹਾਰੀ ਲਾਲ ਜੀ ਜਿਹੜੇ ਤਾਇਆ ਜੀ ਦੇ ਤੀਸਰੇ ਬੱਚੇ ਨੇ, ਬੇਟੇ ਨੇ, ਉਹਨਾਂ ਦੇ ਪਿੱਛੇ ਉਹਨਾਂ ਦੀ ਵਾਈਫ ਖੜ੍ਹੀ ਹੈ। ਇਸ ਤਰ੍ਹਾਂ ਤਾਇਆ ਜੀ ਦੇ ਪੋਤਰੇ ਗੁਰਮੀਤ ਸਿੰਘ ਜੀ ਜਿਹੜਾ ਮੇਰੇ ਨਾਲ ਮੇਰੇ ਕੋਲ ਹੀ ਰਹਿੰਦਾ ਹੈਗਾ, ਉਹ ਉਹਨਾਂ ਦਾ ਬੇਟਾ, ਇਹ ਤਾਇਆ ਜੀ ਦਾ ਪੜਪੋਤਰ ਹੈਗਾ, ਇਹ ਤਾਇਆ ਜੀ ਦੇ ਪੋਤਰੇ ਨੇ ਗੁਰਮੀਤ ਸਿੰਘ ਜੀ, ਰੋਹਿਤ ਕਪਿਲਾ ਜੀ ਇਹ ਤਾਇਆ ਜੀ ਦਾ ਪੋਤਰਾ ਔਰ ਚਰਨਜੀਤ ਜੀ ਇਹ ਤਾਇਆ ਜੀ ਦਾ ਦੋਤਰਾ ਹੈਗਾ। ਇਸੇ ਤਰ੍ਹਾਂ ਇਹ ਨੂੰਹ ਰਾਣੀਆਂ ਨੇ ਸਾਰੀਆਂ, ਬਹੁਤ ਵੱਡਾ ਪਰਿਵਾਰ ਹੈ ਕਿਉਂਕਿ ਉੱਧਰ ਜੱਗ ਚੱਲ ਰਿਹਾ, ਉੱਧਰ ਵੀ ਸਾਰੇ ਕੰਮ 'ਚ ਲੱਗੇ ਨੇ ਔਰ ਮੈਂ ਹੁਣ ਤਰਾਨਾ ਸਾਹਿਬ ਨੂੰ ਕਹਾਂਗਾ ਕਿ ਉਹ ਆਪਣੀ ਰੂਟੀਨ ਦੇ ਹਿਸਾਬ ਨਾਲ ਜਿਹੜੀ ਹੈ ਉਹ ਕਰਨ ਜੀ। ਡਾਕਟਰ ਸਾਹਿਬ ਜੀ ਨੇ ਆਪਣੇ ਪਰਿਵਾਰ ਬਾਰੇ ਪੂਰੀ ਵਾਕਫੀਅਤ ਕਰਾਤੀ ਹੈ। ਸਭ ਤੋਂ ਪਹਿਲਾਂ ਮੈਂ ਆਪਣੀ ਟੀਮ ਵੱਲੋਂ, ਸਾਹਿਬ ਪੰਜਾਬ ਦੀ ਟੀਮ ਵੱਲੋਂ ਇਹ ਸਾਰੇ ਪਰਿਵਾਰ ਨੂੰ ਵਧਾਈ ਦੇਣਾ ਕਿ ਅੱਜ ਬਾਪੂ ਜੀ ਦਾ ਜਨਮਦਿਨ ਆ, 100 ਸਾਲ ਉਹਨਾਂ ਨੇ ਪੂਰੇ ਕੀਤੇ ਨੇ, ਇਸੇ ਖੁਸ਼ੀ ਵਿੱਚ ਇਕੱਠੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੁੰਦੀਆਂ। ਬਾਪੂ ਜੀ ਤੁਹਾਡਾ ਨਾਂ ਕੀ ਹੈ? ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਮੈਂ ਥੋੜ੍ਹਾ ਜਿਹਾ ਕਲੀਅਰ ਕਰ ਦਾਂ ਕਿ ਇਹ ਜਿਹੜਾ ਪਿੰਡ ਆ, ਜਿਹੜਾ ਇਲਾਕਾ ਵਾ, ਇਹ ਅਰਧ ਡੋਗਰਾ ਇਲਾਕਾ, ਇਹਨਾਂ ਦੀ ਬੋਲੀ ਤਾਂ ਸਾਡੀ ਮਾਝੇ ਦੀ ਬੋਲੀ 'ਚ ਥੋੜ੍ਹਾ ਜਿਹਾ ਫਰਕ ਪਏਗਾ, ਬਿਲਕੁਲ ਫਰਕ ਪਏਗਾ, ਪਰ ਨਾਲ ਦੀ ਨਾਲ ਡਾਕਟਰ ਸਾਹਿਬ ਕੋਲ ਉਹਨਾਂ ਦੇ ਕਰਵਾ ਲਵਾਂਗੇ, ਉਹ ਸਾਨੂੰ ਜਿਸ ਗੱਲ ਦੀ ਸਾਨੂੰ ਨਾ ਸਮਝ ਲੱਗ ਸਕੇ ਉਹ ਡਾਕਟਰ ਸਾਹਿਬ ਸਾਨੂੰ ਦੱਸ ਦੇਣਗੇ। ਅਤੇ ਤੁਹਾਡੇ ਪਿਤਾ ਜੀ ਦਾ ਨਾਂ?
ਅਰਸ਼ਿਲੋ ਆਰਾਮ। ਠੀਕ ਹੈ, ਅੱਜ ਸਭ ਤੋਂ ਪਹਿਲਾਂ ਤੁਹਾਨੂੰ ਵਧਾਈ ਹੈ ਕਿ ਤੁਸੀਂ ਅੱਜ ਜਾਗ ਕੀਤਾ ਵਾ ਆਪਣੀ ਜਨਮਦਿਨ ਦੀ ਖੁਸ਼ੀ ਦੇ ਵਿੱਚ, ਅਤੇ ਇਹ ਤੁਹਾਨੂੰ ਮੁਬਾਰਕਾਂ ਨੇ ਸਾਡੇ ਚੈਨਲ ਵੱਲੋਂ ਜੀ। ਬੜੇ ਰੱਬ ਕੀ ਜਿੰਨੇ ਪਹਿਲਾਂ ਕੀਤਾ ਸਭ ਕੀ ਵਧਾਈ ਹੈ। ਠੀਕ ਠੀਕ ਸਭ ਹੀ ਵਧਾਈ ਹੈ ਆਪਣਾ ਕਾਕਾ ਨੇ। ਠੀਕ ਠੀਕ, ਇਹ ਤੁਹਾਡਾ ਜਿਹੜਾ ਪਿੰਡ ਆ ਜਾਂ ਤੁਹਾਡੇ ਜਿਹੜੇ ਭਟਕੇ ਬਜ਼ੁਰਗ ਸੀ ਸਾਰੇ ਇੱਥੋਂ ਦੇ ਰਹਿਣ ਵਾਲੇ ਸੀ? ਇੱਥੋਂ ਦੇ ਰਹਿਣ ਵਾਲੇ। ਅੱਛਾ ਜੀ, ਅਤੇ ਉਦੋਂ ਤੁਹਾਡੀ ਉਮਰ ਤਾਂ ਚਲੋ 25, ਤੁਸੀਂ ਦੱਸਿਆ ਵੀ 30 ਸਾਲ ਦੇ ਲਗਭਗ ਉਮਰ ਸੀ ਜਦੋਂ ਇਹ ਉਜਾੜੇ ਪਏ ਨੇ, ਅਤੇ ਇਹਦੇ ਪਿੰਡ ਵਿੱਚ ਕਿਹੜੇ ਕਿਹੜੇ ਮੁਸਲਮਾਨ ਕਿੰਨੇ ਕੁ ਪਰਿਵਾਰ ਰਹਿੰਦੇ ਸੀ ਉਸ ਟਾਈਮ? ਤੁਸੀਂ ਦੋ ਟੋਲ ਦੱਸਿਆ ਮੈਂ, ਇੱਕ ਲਾਲ ਲਾਲ ਦੀਨ ਤੇ ਇੱਕ ਜਿਨੋ ਜਿਨੋ, ਇਹ ਦੋ ਪਰਿਵਾਰ ਸੀਗੇ। ਦੋ ਪਰਿਵਾਰ ਇਹ ਦੋ ਪਰਿਵਾਰ ਦੱਸ ਰਹੇ, ਦੋਵੇਂ ਸਲਾਰੀਆ ਸੀ? ਆ ਦੋਵੇਂ ਸਲਾਰੀਏ ਸਲਾਰੀਏ ਹਿੰਦ ਟੈਗ ਸੀ, ਜਾਦ ਸਲਾਰੀ ਹਿੰਦੀ ਆ। ਹਾਂ ਜੀ, ਤੇ ਬਾਈ ਖੇਤੀ ਦਾ ਕੰਮ ਕਿੰਨਾ ਦਾ ਸੀ ਜਦ ਇੱਥੇ? ਉਹ ਜਿਨੋ ਦਾ, ਜਿਨੋ ਦਾ ਆ ਦੋ ਲਾ ਰੱਖੇ ਜਾਂਦੇ। ਅੱਛਾ, ਉਹਨਾਂ ਦੇ ਹੋਰ ਪਰਿਵਾਰ ਦੇ ਨਾਂ ਕੀ ਸੀ? ਜਾਨੀਆ ਨਾਂ ਜਾਨਾ। ਅੱਛਾ, ਉਹਨਾਂ ਦੀ ਜਿਹੜੀ ਉਹਦੇ ਘਰ ਵਾਲੀ ਸੀ। ਅੱਛਾ, ਉਹਦਾ ਮੁੰਡਾ ਇੱਕ ਫਿਰੋਜ਼। ਅੱਛਾ, ਤਾਂ ਲਾਲ ਧਨ ਹੋ ਗਈ ਸੀ ਉਹ ਵਿਚਾਰਾ ਕਿਲਾ। ਅੱਛਾ, ਹਾਂ ਕਿਲਾ ਸੀਗਾ। ਅਤੇ ਉਸ ਟਾਈਮ ਜਿਹੜਾ ਮਿਲਣ ਵਰਤਣ ਤੁਹਾਡਾ ਹੈਗਾ ਸੀ ਉਹਨਾਂ ਨਾਲ? ਉਹ ਬੋਲੋ ਕੌਣ ਦਾ ਹਾਂ ਮਿਲਣ ਵਰਤਣ, ਬੋਲੋ ਕੌਣ ਦਾ ਹਾਂ ਸੱਜਣ ਚਾਰੇ ਆਏ। ਅੱਛਾ, ਮਤਲਬ ਉਹਨਾਂ ਨਾਲ ਮੇਲ ਮਿਲਾਪ ਸੀਗਾ? ਹਾਂ ਪੂਰਾ ਪੂਰਾ। ਤੇ ਉਹ ਤੋਂ ਹੋਰ ਪਰਿਵਾਰ ਸੀ ਕੌਣ ਕੌਣ ਰਹਿੰਦੇ ਸੀ ਇੱਥੇ ਪਿੰਡ 'ਚ? ਹੋਰ ਪਰਿਵਾਰ ਕੀ ਰਹਿੰਦੇ? ਅੱਛਾ, ਨਹੀਂ ਕੋ ਕੋਈ ਨਾ। ਅੱਛਾ, ਤੇ ਲੰਬੜਦਾਰ ਕੌਣ ਸੀ ਉਸ ਟਾਈਮ? ਲੰਬੜਦਾਰ ਹੁੰਦਾ ਮੁਨਸ਼ੀ ਰਾਮ, ਮੁਨਸ਼ੀ ਰਾਮ ਸ਼ਨੀ ਦਾ, ਉਹ ਹਿੰਦੂ ਸੀਗਾ? ਹਾਂ ਹਿੰਦੂ। ਹਾਂ, ਅੱਛਾ, ਇਹ ਇਹਦੇ ਲੱਗ ਲੱਗ ਪਿੰਡ ਕਿਹੜੇ ਨੇ? ਇਹਦੇ ਲੱਗ ਲੱਗ ਇਹਦੇ ਲੱਗ ਲੱਗ ਪਿੰਡ, ਇਹ ਜੱਖ ਹੈ, ਜਗਿਆਲ ਹੈ, ਜਗਿਆਲ ਤੇ ਸ਼ਨੀ ਦਾ ਕੋਟੀ ਆ, ਇੱਧਰ ਰਾਜਪੁਰ ਹੈ, ਅੱਖਾਂ ਤਾਂ ਜਿਆਣੀ ਪਈ ਜੀ, ਇੱਧਰ ਰਾਣੀਪੁਰ ਪਈ ਆ, ਉੱਪਰ ਸ਼ਾਹਪੁਰ ਪਈ ਆ, ਸ਼ਾਹਪੁਰ ਕੰਢੀ। ਜਦੋਂ ਇਹ 47 ਤੋਂ ਪਹਿਲਾਂ ਜਾਂ ਵੰਡ ਤੋਂ ਪਹਿਲਾਂ ਦਾ ਇੱਥੇ ਕੋਈ ਮੇਲਾ ਲੱਗਦਾ ਸੀ ਪਿੰਡ 'ਚ? ਭੰਗੜਾ ਬੜੇ ਟਕਰਾਂ ਲਾਉਣੀਆਂ ਨੇ ਭੰਗੜਾ ਬੜੇ ਤੇ ਕੋਈ ਗਾਉਣ ਵਜਾਉਣ ਗਾਉਣ ਵਜਾਉਣ ਕੋਈ ਨੀ ਪੰਜਾਂ ਬੜੀਆਂ ਉੱਥੇ ਉਹ ਦਾ ਭੰਡਾਰਾ ਉੱਥੇ ਕੰਜਰੀਆਂ ਆਉਂਦੀ ਸੀ ਨੱਚਦੀ ਸੀ। ਅੱਛਾ, ਤਾਂ ਫਕੀਰ ਜਿਹੜਾ ਉਹ ਘੁੰਗਰੂ ਵਜਾਇਆ ਹੁੰਦੀ ਸੀ ਨੱਚਦ
ਡੰਡਾ ਉਹ ਸਲਾਈ ਘੋੜਦੇ ਸੀ ਤੇ ਪਿਆਉਂਦੇ ਸੀ ਪੀਂਦੇ ਸੀ ਸ਼ਰਦਾਈਆਂ ਕੰਜਰੀਆਂ ਉੱਥੇ ਹੁੰਦੀ ਸੀ ਅੱਛਾ ਅੱਛਾ ਤੁਸੀਂ ਜਾਂਦੇ ਰਹੇ ਨਿੱਕੇ ਦੇ ਹਾਂ ਨਿੱਕੇ ਦੇ ਹੋਰ ਹਾਂ ਇਹ ਸਾਡੀ ਭਰਜਾਈ ਹੈ ਇੱਕ ਵਾਰੀ ਅਸੀਂ ਚਵਾਂਦੀ ਦਿੱਤੀ ਸੀ ਅੱਛਾ ਉਸ ਟਾਈਮ ਚਵਾਨੀ ਜਿਹੜੀ ਅੱਜ ਕੱਲ੍ਹ ਦੇ ਮੇਰੇ ਖਿਆਲ ਕੋਈ 100-200 ਰੁਪਏ ਕੀ ਹੋਏਗੀ ਠੀਕ 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 ਬਾਪੂ ਜੀ ਆਪਣੇ ਸਮੇਂ ਦੀ ਗੱਲਾਂ ਕਰਦੇ ਨੇ ਅੱਛਾ ਅੱਛਾ ਫਿਰ ਫਿਰ ਠੀਕ ਹੈ ਚੱਲਿਆ ਵਾਲਾ ਫਿਰ ਘਰੇ ਹੀ ਫਿਰ 25 ਪੈਸੇ ਦਿੱਤੇ ਤੁਸੀਂ 25 ਪੈਸਾ ਮੇਲਾ ਵੇਖਾਏ ਅਤੇ ਜਿਹੜਾ ਉਦੋਂ ਕੋਈ ਜਿਹੜਾ ਵਿਆਹ ਸ਼ਾਦੀਆਂ ਹੁੰਦੀਆਂ ਸੀਗੀਆਂ ਉਦੋਂ ਫਿਰ ਸੌਦਾ ਸੌਦਾ ਕਿੱਥੋਂ ਲੈਣ ਜਾਂਦੇ ਸੀ ਤੁਹਾਡੇ ਇੱਥੋਂ ਦੇ ਮੁੰਡੇ ਸ਼ਾਹਪੁਰ 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 ਕੰਡੀ ਤੋਂ ਉਹਦਾ ਦੁਕਾਨਾਂ ਹੀ ਆਉਂਦੀਆਂ ਪੁਰਾਣੇ ਸ਼ਾਹ ਦੀਆਂ ਅੱਛਾ ਕਿਹੜਾ ਕਿਹੜਾ ਸ਼ਾਹ ਸੀ ਉਹ ਟਾਈਮ ਵੱਡਾ ਸ਼ਾਹ ਤਾਂ ਭੂਰੀ ਆਹ ਅੱਛਾ ਉਹਦੇ ਬਾਅਦ ਆ ਦੁਆਨਾ ਰੋੜਾ ਮੁਲਖੋ ਰੋੜਾ ਸੰਤ ਰਾਮ ਸੈਟਰੀ ਅੱਛਾ ਜੀ ਭੀਮ ਸੈਨ ਮੁਨਸ਼ੀ ਰਾਮ ਇੰਦਰਦਾਸ ਚਰਨੋ ਮਿਸਰ ਰਾਮ ਸਰਨ ਜੱਗੋ ਅੱਛਾ ਉਦੋਂ ਉਹ ਜਿਹੜੇ ਦੱਸਿਓ ਵੀ ਉਸ ਸਮੇਂ ਦੇ ਬਾਪੂ ਜੀ ਦੀ ਅਸਲ ਜਿਹੜੀ ਏਡੀ ਵੱਡੀ ਉਮਰ ਦਾ ਰਾਜ ਵੀ ਹੈ ਵੀ ਹਰ ਵਕਤ ਖੁਸ਼ ਰਹਿੰਦੇ ਹਰ ਵਕਤ ਖੁਸ਼ ਜਦੋਂ ਦੇਖੋ ਜਿੱਥੇ ਇਹਨਾਂ ਨਰੋਈ ਖੁਰਾਕ ਖਾਂਦੇ ਆ ਉੱਥੇ ਇਹਨਾਂ ਦੀ ਜਿਹੜੀ ਇੰਨੀ ਲੰਬੀ ਉਮਰ ਦਾ ਰਾਜ ਵੀ ਇਹੋ ਜਿਹਾ ਪਰਿਵਾਰ ਵਾਲੇ ਦੱਸ ਰਹੇ ਕਿ ਹਰ ਵਕਤ ਖੁਸ਼ ਰਹਿੰਦੇ ਨੇ ਅਤੇ ਮੈਂ ਸਗੋਂ ਪਰਿਵਾਰ ਵਾਲੇ ਪੁੱਛ ਰਿਹਾ ਵੀ ਕਦੀ ਗੁੱਸੇ 'ਚ ਵੀ ਆਇਆ ਕਿ ਨਹੀਂ ਕਦੀ ਇਹ ਮੇਰੇ 3-5 ਰੁਪਏ ਕੁੜੀ ਭੇਜਦੀ ਸੀ ਸਾਡੇ 50 ਰੁਪਏ ਕੁੜੀ ਭੇਜਦੀ ਸੀ 50 ਰੁਪਏ ਦੇ ਵਿੱਚ ਵਿਆਹ ਹੋ ਜਾਂਦਾ ਸੀਗਾ ਉਸ ਟਾਈਮ ਦੇ ਅੱਛਾ ਮੈਨੂੰ ਦੱਸ ਰਹੇ ਬਾਪੂ ਜੀ ਵੀ ਆਪਣੇ ਸਮੇਂ ਦੇ ਵਿੱਚ 50 ਰੁਪਏ 'ਚ ਬੇਟੀ ਦਾ ਸ਼ਾਦੀ ਹੋ ਜਾਂਦੀ ਸੀ ਏਡਾ ਸਸਤਾ ਸਮਾਂ ਸੀਗਾ ਸਸਤਾ ਸਮਾਂ ਤੇ ਉਹ ਫਿਰ ਜਦੋਂ ਵਿਆਹ ਹੁੰਦੇ ਕਿਵੇਂ ਹੁੰਦੇ ਸੀ ਬਰਾਤਾਂ ਬਰੂਤਾਂ ਜਾਂਦੀਆਂ ਸੀ ਚੱਲਦੇ ਜਾਂਦੇ ਸੀ ਤਾਂ ਵੱਧਦਾ ਕੋਈ 40-50 ਕੋਈ 60 ਵੱਧ ਨਹੀਂ
जो आम दुनिया खाली दाल चौल कोई मीट भी बनाते है चालीस साल नगरी है भी दस साल पैर किता धान लाए की रेट सी कणक दा ਕਣਕਾਂ ਲਿਆ 10-12 ਰੁਪਏ ਕੁਇੰਟਲ 10-12 ਰੁਪਏ ਕੁਇੰਟਲ ਕੁਇੰਟਲ ਅੱਛਾ ਤੇ ਘਿਓ ਘਿਓ 5 ਰੁਪਏ ਕਿਲੋ ਅੱਛਾ ਮੈਂ 20 ਰੁਪਏ ਮੱਕੀ ਵੀ ਲੈ ਲਾ 5 ਰੁਪਏ ਕਿਲੋ ਠੀਕ ਅੱਛਾ ਹੁਣ ਇਹ ਦੱਸਿਓ ਵੀ ਜਦੋਂ ਇਹ 47 ਦੀ ਵੰਡ ਹੋਈ ਉਜਾੜੇ ਪਏ ਤੇ ਤੁਹਾਡੇ ਪਿੰਡ ਕਿੱਦਾਂ ਪਤਾ ਲੱਗਾ ਕੀ ਗੱਲ ਹੋਈ ਸਰ ਵੇ ਦੁਨੀਆ ਪਤਾ ਲੱਗੀ ਹੈ ਸਾਡੇ ਪਿੰਡ ਲੱਗੀ ਆ ਪਤਾ ਸਾਰੇ ਹੀ ਤੇ ਕੀ ਵਾਪਰੇ ਕੀ ਪੰਚਾਇਤ ਹੋਵੇ ਕਿੱਦਾਂ ਮੁਸਲਮਾਨ ਜਿਹੜੇ ਦੋ ਪਰਿਵਾਰ ਸੀ ਰਹਿ ਰਹੇ ਸੀ ਇੱਥੇ ਉਹਨਾਂ ਨਾਲ ਕਿੱਦਾਂ ਹੋਇਆ ਵਾਪਰਿਆ ਉਹ ਰਾਈ ਮਦਰ ਛੱਡਿਆ ਹੈ ਮਤਲਬ ਤੁਸੀਂ ਪਿਆਰ ਨਾਲ ਉਹਨਾਂ ਨੂੰ ਆਪ ਛੱਡ ਗਏ ਆਪ ਛੱਡਿਆ ਹੈ ਤੇ ਕਿੱਥੋਂ ਤੱਕ ਮਦਰ ਤੱਕ ਇਸਵਾ ਮਦਰ ਤੱਕ ਤਾਂ ਉਹਨਾਂ ਪੁਲ ਜਿਹੜਾ ਨਗਾਤਾ ਆ ਹਾ ਹਾ ਵਾਹ ਤੇ ਉੱਥੋਂ ਵੱਲ ਨੇੜੇ ਪੈਂਦਾ ਹੈ ਉਹਨਾਂ ਦਾ ਸਰਹੱਦ ਬੰਦ ਨਵਾਂ ਮੁਲਕ ਉਹਨਾਂ ਦਾ ਬਣਿਆ ਸੀਗਾ ਪੁਲ ਬਾਅਦ ਜੇ ਬਣਿਆ ਪਹਿਲਾਂ ਬੇੜੀ ਪੁੰਦੀ ਦਰਿਆ ਚ ਅੱਛਾ ਪੁਲ ਬਾਅਦ ਜੇ ਬਣਿਆ ਅੱਛਾ ਬੇੜੀ ਤੇ ਬੇੜੀ ਵੀ ਨਗਾਤੀ ਤੇ ਬੇੜੀ ਲਗਾਈ ਦਰਿਆ ਦੀ ਬੇੜੀ ਮਤਲਬ ਤੁਹਾਡੇ ਨਾਲ ਉਹਨਾਂ ਦਾ ਮਿਲਣ ਵਰਤਨ ਚੰਗਾ ਸੀ ਹਾਂ ਖਰਾ ਹਾਂ ਪ੍ਰੇਮ ਪਿਆਰ ਸੀ ਖਰਾ ਸੀਗਾ ਹੋਰਾ ਪੋਰਾ ਤੇ ਤੁਸੀਂ ਉਹਨਾਂ ਨੂੰ ਬਚਾ ਕੇ ਉਹਨਾਂ ਦੇ ਪਿੰਡ ਉਤਲੇ ਬਨੇ ਭੇਜਿਆ ਹੁਣ ਭੇਜਾਈ ਅੱਛਾ ਕੋਈ ਦੱਸ ਰਿਹਾ ਵੀ ਉਹਨਾਂ ਸਮੇਂ 'ਚ ਕੋਈ ਕੱਟ ਵੱਢ ਕੋਈ ਨੁਕਸਾਨ ਬੜੇ ਹੋਏ ਨੇ ਕੋਈ ਕਤਲੋ ਗਾਰਤੀ ਹੋਈ ਹੈ ਤੁਹਾਨੂੰ ਕੋਈ ਪਤਾ ਇਸ ਗੱਲ ਦਾ ਤਾਂ ਉਹ ਮਿੱਕੇ ਪਤਾ ਨਹੀਂ ਜਿਹੜਾ ਮੈਂਡਾ ਤਰੋਡਾ ਹੋਇਆ ਮਿੱਕੇ ਪਤਾ ਨਹੀਂ ਮੈਂ ਕਾਫੀ ਜਵਾਨ ਸੀਗਾ ਮੈਨੂੰ ਹਰ ਗੱਲ ਦਾ ਪਤਾ ਹੈਗਾ ਅੱਛਾ ਜੀ ਉਹ ਤੁਸੀਂ ਦੱਸ ਰਹੇ ਸੀ ਗੁੱਜਰ ਇੱਥੇ ਮਾਰੇ ਗਏ ਨੇ ਮੁਸਲਮਾਨ ਉਹ ਕੀ ਵਾਪਰੀ ਗੱਲ ਉਹ ਪਾੜੋ ਮੁਸਲਮਾਨ ਹਿੰਦੂਆਂ ਦਾ ਮਾਰੀ ਸੀ ਔਰ ਬੋਲੇ ਹਿੰਦੂਆਂ ਨੇ ਭਾਈਚਾਰੇ ਦੇ ਲੋਕਾਂ ਨੇ ਜਿਹੜੇ ਸ਼ਰਾਰਤੀ ਲੋਕ ਸੀ ਉਸ ਸਮੇਂ ਦੇ ਮਾੜੇ ਵੀ ਨਹੀਂ ਸੀਗੇ ਨਾ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੇ ਉਹ ਮੁਸਲਮਾਨ ਭਾਈਚਾਰੇ ਦੇ ਗੁੱਜਰਾਂ ਨੂੰ ਮਾਰਿਆ ਤੁਸੀਂ ਦੇਖਿਆ ਮੈਂ ਦੇਖਿਆ ਕਿੱਥੇ ਜੇ ਉਹ ਦਰਿਆ ਦਾ ਕੰਢਾ ਪਾਰ ਲਿਆ ਬਸ ਰਾਵੀ ਦਰਿਆ ਇਸ ਨਾਲ ਲੱਗਦਾ ਰਾਵੀ ਦਰਿਆ ਆ ਉਹਦੇ ਉਹਦੇ ਕੰਢੇ ਉੱਤੇ ਆ ਪਾਰ ਦੇ ਪਾਸੇ ਵੱਡੇ ਵਰਤ ਮਾਰ ਕੇ ਮਾਰ ਚਾਹ ਕੇ ਇੰਨਾ ਪਈਏ ਬੇਚਾਰੇ ਡਰਦੇ ਦਰਿਆ ਦੀ ਛਾਲੀ ਮਾਰੀ ਸੀ ਹਾਂ ਦੇਖੋ ਕਿੱਦਾਂ ਦਾ ਸਮਾਂ ਆ ਕਿ ਜਿੱਥੇ ਮਿਲਣ ਮਿਲਾਪ ਆਪਸ 'ਚ ਰਹਿਣ ਬਹਿਣ ਵਾਲੇ ਲੋਕ ਜਿਹੜੇ ਨੇ ਉਹ 47 ਦੀ ਵੰਡ ਦੇ ਉਜਾੜੇ ਦੇ ਪਏ ਨੇ ਜਦੋਂ ਉਸ ਟਾਈਮ ਉਹਨਾਂ ਨੇ ਉਹਨਾਂ ਨੂੰ ਬੇਗੁਨਾਹਾਂ ਨੂੰ ਕਤਲ ਕਰ ਦਿੱਤਾ ਬਾਪੂ ਦੱਸ ਰਹੇ ਬੜੀ ਬੰਦਾ ਹੀ ਬੰਦਾ ਤੋਰਦਾ ਹਾਂ ਮਾਰਨ ਵਾਸਤੇ ਹਾਂਜੀ ਬੰਦੇ ਬੰਦਾ ਮਾਰਨ ਵਾਸਤੇ ਤੋਰਦਾ ਹੈ ਹਾਂਜੀ ਬੰਦੇ ਨੂੰ ਮਤਲਬ ਜਿਸ ਤਰ੍ਹਾਂ ਸੀਗੇ ਹਿੰਦੂ ਜਾਂ ਮੁਸਲਮਾਨ ਸੀਗੇ ਉਹ ਇੱਕ ਦੂਜੇ ਨੂੰ ਲੱਭਦੇ ਸੀਗੇ ਮਾਰਨ ਵਾਸਤੇ ਮਾਰਨਾ ਇਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਸੀਗੇ ਤੇ ਇੱਕ ਤੁਸੀਂ ਦੱਸ ਰਹੇ ਜੋ ਹਕੀਮ ਵਾਲੀ ਦੱਸ ਰਹੇ ਉਹ ਕੀ ਗੱਲ ਸੀ ਗੱਲ ਕੱਖ ਨੂੰ ਲੈਂਦਾ ਸੱਦੀਏ ਮਾਰੀ ਤਾਂ ਵੱਢੀ ਲਿਆ ਨਹੀਂ ਉਹ ਹਕੀਮ ਕੋਲ ਕੌਣ ਲੈ ਗਿਆ ਸੀਗਾ ਬੰਦਿਆਂ ਨੂੰ ਉਹ ਹਕੀਮ ਲੈਂਦਾ ਦੋਨ ਜਣੇ ਫੜੀ ਆ ਉਹ ਪਿੰਡੇ ਦੇ ਉੱਧਰ ਦਿਆਲੇ ਦੇ ਅੱਛਾ ਜੀ ਵੀ ਚੱਲ ਜਾਂਦਾ ਤੇ ਇੱਥੇ ਪਹਿਲਾਂ ਉਸੇ ਠਾਕੇ ਲੰਬੜ ਲੜੇ ਨੇ ਮਾਰ ਸੀ ਅੱਛਾ ਜੀ ਇਹ ਮੋਸਾ ਕੀ ਨਾ ਵਿਚਾਰਾ ਕਿਹੜੇ ਪਿੰਡ ਦਾ ਸੀਗਾ ਉਹ ਜਿਆਰ ਦਾ ਅੱਛਾ ਉਹਨੇ ਪਹਿਲਾਂ ਮੁੰਡਾ ਵੱਡਿਆ ਫਿਰ ਉਹਨੇ ਉਸੇ ਬੁੱਢੇ ਵੱਡਿਆ ਸਿਆਣਾ ਹੈਗਾ ਹਾਂ ਬਾਪੂ ਜੀ ਦੱਸ ਰਹੇ ਨੇ ਕਿ ਇੱਥੇ ਇੱਕ ਨਾਲ ਦੇ ਪਿੰਡ ਹਕੀਮ ਸੀਗਾ ਅਤੇ ਕੁਝ ਹਿੰਦੂ ਪਰਿਵਾਰ ਦੇ ਲੋਕ ਜਿਹੜੇ ਇਹਨਾਂ ਦੇ ਪਿੰਡ ਦੇ ਸੀਗੇ ਉਹ ਮੁਸਲਮਾਨ ਗੁੱਜਰ ਨੂੰ ਫੱਟਣ ਨੂੰ ਲੈ ਗਏ ਹਕੀਮ ਕੋਲ ਕਿ ਤੁਸੀਂ ਇਹਦਾ ਇਲਾਜ ਕਰੋ ਪਰ ਉੱਥੇ ਕੋਈ ਸ਼ਰਾਰਤੀ ਹਿੰਦੂ ਖੜਾ ਸੀਗਾ ਦਵਾਈ ਦਿੱਤੀ ਦਿੰਦਾ ਹਾਂ ਵਿਚਾਰਾ ਦਵਾਈ ਦਿੰਦਾ ਹਾਂ ਉਹ ਉਹਨੇ ਕਿਹਾ ਵੀ ਨਹੀਂ ਉਹਨੂੰ ਦਵਾਈ ਨਹੀਂ ਦੇਣੀ ਇਹਨਾਂ ਨੂੰ ਧੱਕੇ ਮਾਰ ਕੱਢਣ ਲੱਗਾ ਪਰ ਇਹਨਾਂ ਪਿੰਡ ਵਾਲਿਆਂ ਕਿਹਾ ਵੀ ਨਹੀਂ ਉਹਨੂੰ ਇਹਦਾ ਗੁੱਜਰ ਦਾ ਇਲਾਜ ਕਰੋ ਇਹ ਵੀ ਰੱਬ ਦੀ ਜੰਨਤ ਆ ਉਹਦੇ ਪੈਦਾਇਸ਼ ਹੈਗੀ ਆ ਇਹਨਾਂ ਤੁਸੀਂ ਇਲਾਜ ਕਰਨਾ ਜ਼ਰੂਰੀ ਚਾਹੀਦਾ ਪਰ ਉਹ ਬੰਦੇ ਨੇ ਸਭ ਤੋਂ ਪਹਿਲਾਂ ਉਹਦਾ ਪੁੱਤਰ ਮਾਰਿਆ ਫਿਰ ਉਹਨੇ ਦੋਵਾਂ ਨੂੰ ਮਾਰਤਾ ਜੀਆਂ ਨੂੰ ਆਹ ਅਤੇ ਜਿਹੜੀਆਂ ਉਹਦੀ ਬੇਟੀਆਂ ਉਹ ਸਾਰੇ ਮੁਹੱਲੇ ਦੇ ਪਿੰਡੇ 'ਚ ਅੱਛਾ ਉਹ ਉਹਨਾਂ ਨੇ ਮੁੜ ਕੇ ਆਪਣੇ ਘਰ ਰੱਖ ਲਈਆਂ ਦੋਵੇਂ ਲੜਕੀਆਂ ਜਿਹੜੀਆਂ ਸਿਖਾਉਣਾ ਰੱਖ ਲਿਆ ਆਪਣਾ ਘਰ ਅੱਛਾ ਉਹਨਾਂ ਨੂੰ ਆਪਣੇ ਘਰ ਲੈਂਦਾ ਉਹਨਾਂ ਦਾ ਮਾਂ ਬਾਪ ਅਤੇ ਭਰਾ ਉਹਨਾਂ ਦੇ ਸਾਹਮਣੇ ਮਾਰਤਾ ਮਾਰਦਾ ਸਾਹਮਣੇ ਕਿੱਡੀ ਦੁਖਦਾਇਕ ਗੱਲ ਆ ਭਰਾ ਪਿਓ ਦਾ ਪੁੱਤਰ ਇਹ ਕਿੱਡੀ ਦੁਖਦਾਇਕ ਗੱਲ ਆ ਕਿ ਇੱਕ ਦੋ ਭੈਣਾਂ ਦੇ ਸਾਹਮਣੇ ਦੋ ਬੇਟੀਆਂ ਦੇ ਸਾਹਮਣੇ ਉਹਦੇ ਮਾਂ ਬਾਪ ਨੂੰ ਮਾਰਤਾ ਜਾਏ ਇਸ ਕਰਕੇ ਕਿ ਉਹ ਮੁਸਲਮਾਨ ਆ ਗੁੱਜਰ ਆ
ਇਸ ਤੋਂ ਵੱਡੀ ਘਨੌਣੀ ਗੱਲ ਸਾਡੇ ਪੰਜਾਬੀਆਂ ਵਾਸਤੇ ਸਾਡੇ ਇਨਸਾਨਾਂ ਵਾਸਤੇ ਹੋਰ ਕੀ ਹੋ ਸਕਦੀ ਹੈ? ਅਤੇ ਫਿਰ ਉਹਨਾਂ ਦੋਵਾਂ ਬੇਟੀਆਂ ਨੂੰ ਇੱਥੇ ਆਪਣੇ ਘਰ ਲਿਆਉਣ ਦਾ ਕਿੰਨਾ ਰੱਖਿਆ ਘਰ ਆਪਣੇ ਉਹਨਾਂ ਨੇ? ਕੁੜੀ ਨਾ ਉਹ 6 ਮਹੀਨੇ ਰੱਖਿਆ, ਫਿਰ ਪੁਲਿਸ ਲਈ ਸੀ। ਹਾਂ, 6 ਮਹੀਨੇ ਰੱਖਣ ਤੋਂ ਬਾਅਦ ਫਿਰ ਉਹ ਜਦੋਂ ਪਤਾ ਲੱਗਾ ਤਾਂ ਪਾਕਿਸਤਾਨ ਦੀ ਜਿਹੜੇ ਉਹਨਾਂ ਦੇ ਆਪਣੇ ਮੁਲਾਜ਼ਮ ਸੀ ਜਾਂ ਉਹ ਕਿਵੇਂ ਉੱਥੇ ਸਿਪਾਹੀ ਸਨ, ਉਹ ਉਹਨਾਂ ਨੂੰ ਆਣ ਕੇ ਟੋਲ ਕੇ ਉਹਨੂੰ ਲੱਭ ਕੇ ਅਤੇ ਫਿਰ ਉਹ ਵਾਪਸ ਲੈ ਗਏ ਉਹਨਾਂ ਨੂੰ। ਸ਼ਾਹਪੁਰੀ ਮੁਸਲਮਾਨ ਹੈ ਇਹ। ਸ਼ਾਹਪੁਰ ਵੀ? ਆਹੋ। ਅੱਛਾ ਅੱਛਾ। ਜਿਹੜਾ ਪਿੰਡ ਸੀਗਾ ਇਹ ਮੁਸਲਮਾਨਾਂ ਦਾ ਗੜ੍ਹ ਸੀਗਾ, ਬਹੁਤ ਵੱਡਾ ਪਿੰਡ ਸੀਗਾ, ਬਹੁਤ ਅੱਛਾ ਪਿੰਡ ਸੀਗਾ। ਹਾਂਜੀ, ਖੁਦਾ ਬਿਸ਼ਕ ਮੰਨੀ ਹਾ ਪੂਰਾ ਧਰਮਵੀਰ ਹਾ ਸਰਦਾਰੀ ਵੱਲੋਂ ਕੀ ਮਹਾ ਰਾਮ ਨਾਮ ਸਲਾਮ ਹਾਂ, ਲਾਲ ਹਾਂ, ਲਾਲ ਦੀਨ ਬੜੇ ਮੁਸਲਮਾਨ ਇੱਥੇ, ਮੁਨਸ਼ੀ ਦਰਜੀ ਹਾਂ, ਗਣੋ ਹਾਂ। ਅੱਛਾ, ਇਹ ਫਿਰ ਜਦੋਂ ਉੱਥੋਂ ਇੱਥੋਂ ਚਲੇ ਗਏ ਨੇ ਤੁਸੀਂ, ਉਹਨਾਂ ਨੂੰ ਤੁਹਾਡੇ ਜਿਹੜੇ ਵੜਕੇ ਸੀ, ਤੁਹਾਡੇ ਬਜ਼ੁਰਗ ਸੀਗੇ, ਉਹ ਉਹਨਾਂ ਨੂੰ ਦਰਿਆ ਪਾਰ ਕਰਾਏ ਜਾ ਕੇ ਮਾਧੋਪੁਰ ਤੋਂ ਬੇੜੀ ਰਸਤੇ, ਹਾਂ, ਉਹ ਆਪਣੇ ਮੁਲਕ ਚੱਲ ਜਾਣ? ਕੋਈ ਚਿੱਠੀ ਪੱਤਰ ਆਇਆ ਉਹਨਾਂ ਦਾ ਮੁਲਕ? ਕੋਈ ਹੈਂ, ਕੋਈ ਆਇਆ ਬੰਦਾ ਉਹਨਾਂ 'ਚ ਕੋਈ ਪਿੰਡ ਵੇਖਣ ਆਪਣਾ? ਤੁਸੀਂ ਦੱਸਿਆ ਵੀ ਉਹ ਜੀਨੋ ਆਇਆ, ਜੀਨੋ ਜੀਨੋ? ਹਾਂ। ਅੱਛਾ ਜੀ, ਉਸ ਪੈਸੇ ਰੱਖੇ ਦੇ, ਪੈਸੇ ਲਈ ਆਈਏ। ਅੱਛਾ, ਦੱਸ ਇਹਨੇ ਬਾਪੂ ਜੀ ਕਿ ਜੀਨੋ ਜਿਹੜਾ ਮੁਸਲਮਾਨ ਸੀਗਾ ਉਹਨੇ ਕਿਤੇ ਪੈਸੇ ਨੱਪੇ ਹੋਏ ਸੀਗੇ, ਕੰਧਾਂ 'ਚ ਨੱਪੇ, ਕੱਚੀਆਂ ਕੰਧਾਂ ਸੀਆਂ, ਕੰਧਾਂ ਦੇ ਵਿੱਚ ਲਾ ਦੇ, ਕੰਧਾਂ ਦੇ ਵਿੱਚ ਨੱਪੇ ਹੋਏ ਸੀ ਪੈਸੇ। ਉਹ 3 ਸਾਲ ਦੇ ਅਰਸੇ ਤੋਂ ਬਾਅਦ ਫਿਰ ਵਾਪਸ ਇੱਥੇ ਆਇਆ ਅਤੇ ਆਪਣੇ ਆਣ ਕੇ ਪੈਸੇ ਨਾਲ ਲੈ ਗਿਆ, ਲੈ ਗਿਆ ਅਤੇ ਨਾਲੇ ਸਾਰਿਆਂ ਨੂੰ ਮਿਲ ਗਿਆ। ਇਹਦਾ ਮਤਲਬ ਕਿੱਡਾ ਵਧੀਆ ਇਹਨਾਂ ਦਾ ਕੋਈ ਆਪਸੀ ਮੇਲ ਮਿਲਾਪ ਹੋਏਗਾ। ਇੱਕ ਤਾਂ ਉਹ 3 ਸਾਲ ਬਾਅਦ ਫਿਰ ਇੱਥੇ ਸੁਰੱਖਿਅਤ ਆਇਆ, ਇੱਥੋਂ ਪੈਸੇ ਲੈ ਕੇ ਫਿਰ ਉਹ ਵਾਪਸ ਗਿਆ, ਅਤੇ ਇਹਦਾ ਮਤਲਬ ਮੋਹ ਮੁਹੱਬਤ ਇਹਨਾਂ ਲੋਕਾਂ ਨਾਲ ਉਹਨਾਂ ਦੀ ਹੈਗੀ ਸੀ। ਅਤੇ ਉਹ ਉਹ ਤੋਂ ਬਾਅਦ ਕਿਹੜੀ ਚਿੱਠੀ ਪੱਤਰ ਨਹੀਂ ਆਇਆ ਉਹਨਾਂ ਦਾ? ਕੋਈ ਮੁੜੀ ਨਹੀਂ ਆਇਆ, ਕੋਈ ਚਿੱਠੀ ਪੱਤਰ ਨਹੀਂ, ਮੈਨੂੰ ਜੀ ਕਰਦਾ ਨਹੀਂ ਉਹਨੂੰ, ਚਿੱਠੀਆਂ ਆਈ ਨਾ ਹੋ ਤਾਂ ਕਹਾਉਣਾ ਹਾਂ, ਇਹ ਮਵਾਦ ਹੋਣੇ ਚੱਲੇ ਨਾ। ਅੱਛਾ, ਨਹੀਂ ਉਹਨਾਂ ਨੂੰ ਕੋਈ ਮਿਲਣ ਦਿਲ ਨਹੀਂ ਕੀਤਾ ਕਦੀ? ਹਾਂ, ਪਾਸ ਸਾਹਿਬ ਕੋਲ ਮਰੋੜਾ ਜਾਈਆ ਸਾਹਿਬ ਨਾ ਛੱਡਦੇ ਹੋ, ਪਾਸ ਨਾਲ ਜਾਣਾ ਬੜਾ ਮਾਹੌਲ ਆ, ਬਗੈਰ ਪਾਸਾ ਨਹੀਂ ਜਾਣ ਦੇ। ਨਹੀਂ, ਉਹਨੇ ਹੁਣ ਤਾਂ ਨਹੀਂ ਜਾਣਦੇ, ਉਦੋਂ ਨਵੇਂ ਨਵੇਂ ਤਾਂ ਜਾ ਹੀ ਸਕਦੇ ਸੀ ਨਾ? ਬਿਲਕੁਲ ਨਹੀਂ। ਅੱਛਾ, ਕੋਈ ਨਾ। ਅੱਛਾ, ਤੁਹਾਨੂੰ ਹੁਣ ਪਤਾ ਕਿੱਥੇ ਬੈਠੇ ਹੋ? ਇਹ ਨਹੀਂ ਪਤਾ ਕਿਹੜੇ, ਮੇਰੇ ਨਾਂ ਭੁੱਲੀ ਦਾ ਕਿਹੜੇ ਪਿੰਡ ਬੈਠੇ ਦਾ ਨਾਂ। ਅੱਛਾ, ਅਤੇ ਕਦੀ ਉਹਨਾਂ ਦਾ ਕੋਈ ਟੈਲੀਫੋਨ ਨਹੀਂ ਆਇਆ ਕਦੀ? ਨਾ। ਦੇਖੋ, ਜਿਹੜੀ ਪੰਜਾਬੀਆਂ ਦੀ ਸਾਂਝ ਆ ਨਾ, ਇਹ ਸਦਾ ਅਮਰ ਹੈਗੀ ਆ ਅਤੇ ਅਮਰ ਰਹਿਣੀ ਆ। ਜਿਹੜਾ ਉਸ ਟਾਈਮ ਦੇ ਉਜਾੜਿਆਂ ਵੇਲੇ ਜਿਹੜਾ ਕਤਲੋਗਾਰਤ ਹੋਈ ਆ, ਉਹ ਸਾਰੇ ਸਮੁੱਚੇ ਪੰਜਾਬੀ ਜਾਂ ਕਿਸੇ ਕੌਮ ਦੇ ਸਮੁੱਚੇ ਲੋਕਾਂ ਨਹੀਂ ਕੀਤੀ, ਉਹ ਕੋਈ ਸ਼ਰਾਰਤੀ ਲੋਕ ਸਨ ਜਿਹਨਾਂ ਦਾ ਮਜ਼ਹਬ ਹੀ ਲੋਕਾਂ ਨੂੰ ਲੁੱਟਣਾ ਮਾਰਨਾ ਅਤੇ ਸਮਾਜ 'ਚ ਅਫਰ ਤਫਰੀ ਹੋਣੀ ਸੀ। ਇਸੇ ਸਾਰੇ ਇਲਾਕੇ 'ਚ ਕੰਮ ਹੈ, ਇੱਕ ਪਿੰਡ ਥੋੜ੍ਹਾ, ਸਾਰੇ ਇਲਾਕੇ 'ਚ ਕੰਮ ਹੈ ਮੁਸਲਮਾਨਾਂ ਹੀ ਕੱਢਣੇ। ਅੱਛਾ, ਮੁਸਲਮਾਨ ਕੱਢਣੇ ਨੇ, ਕੱਢਣੇ ਤਾਂ ਮਾਰਨੇ। ਹਾਂ, ਦੇਖੋ, ਪਰ ਦੂਜੇ ਪਾਸੇ ਤੁਹਾਡੇ ਵੜਕਿਆਂ ਨੇ ਉਹਨਾਂ ਨੂੰ ਬਚਾ ਕੇ ਭੇਜਿਆ, ਉਹ ਤਾਂ ਫਿਰ ਆਪਣੇ ਪਿੰਡ ਲਿਆਜ ਹੈ, ਆਪਣੀ ਆਪਣੀ ਸਾਂਝ ਹੈ, ਆਪੋ ਆਪਣੀ ਸਾਂਝ ਹੈ। ਦੇਖੋ ਕਿੱਡੀ ਵਧੀਆ ਗੱਲ ਬਾਪੂ ਜੀ ਨੇ ਕਿਹਾ, ਵੀ ਇਹ ਤਾਂ ਆਪੋ ਆਪਣੇ ਸਮਝਦਾਰੀ ਆ ਕਿ ਆਪਾਂ ਉਹਨਾਂ ਨੂੰ ਵੀ ਜਿਤਨਾ ਜਿੱਦਾਂ ਸਾਡੇ ਗੁਰੂਆਂ ਦਾ ਸੰਦੇਸ਼ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਬ ਉਪਜਿਆ, ਕੋ ਭਲੇ ਕੋ ਮੰਦੇ, ਕੋਈ ਵੀ ਜਿਹੜਾ ਮਨੁੱਖ ਆ ਕਿਸੇ ਵੀ ਕਾਂ ਕੌਮ ਮਜ਼ਹਬ 'ਚ ਆ, ਉਹ ਸਾਰੇ ਉਹ ਇੱਕ ਅੱਲਾ, ਇੱਕ ਪਰਮਾਤਮਾ, ਇੱਕ ਵਾਹਿਗੁਰੂ ਦੇ ਦੇਣ ਨੇ ਸਾਰੇ, ਉਹਦੀ ਉਹਦੇ ਸਾਰੇ ਪੈਰੋਕਾਰ ਨੇ ਸਾਰੇ। ਅਤੇ ਜਿਹੜੀ ਸਮਾਜ, ਇਹ ਜਿਹੜਾ ਸਾਡਾ ਪੰਜਾਬੀਆਂ ਦਾ ਭਾਈਚਾਰਾ ਵਾ, ਇਹ ਕਾਇਮ ਆ। ਵੇਖੋ, 70 ਸਾਲ ਬੀਤ ਜਾਂਦੇ ਵਾਰੀ ਬਾਪੂ ਜੀ ਨੂੰ ਅਜੇ ਪੂਰੀਆਂ ਗੱਲਾਂ ਯਾਦ ਨੇ। ਮੈਨੂੰ ਦੱਸ ਰਹੇ ਸੀ ਗੱਲ ਕਰ, ਵੀ ਮੇਰੇ ਸਾਹਮਣੇ ਇਹ ਸਾਰਾ ਨਕਸ਼ਾ ਆ ਜਾਂਦਾ ਕਿ ਕਿਵੇਂ ਉਹ ਸਾਡੇ ਪਿੰਡ ਦੇ 2 ਮੁਸਲਮਾਨ ਪਰਿਵਾਰ ਇਸ ਪਿੰਡ 'ਚ ਰਹਿੰਦੇ ਸੀ, ਅਤੇ ਕਿਵੇਂ ਉਹ ਉਹਨਾਂ ਨੇ ਨਾਲ ਸਾਡਾ ਮੋਹ ਮੁਹੱਬਤ ਸੀ, ਸਾਰੇ ਪਿੰਡ ਦੇ ਲੋਕਾਂ ਨਾਲ ਰਹਿੰਦੇ ਸੀ ਪਿਆਰ ਨਾਲ, ਅਤੇ ਸਾਡੇ ਜਿਹੜੇ ਵੜਕੇ ਆ ਉਹ ਜਾ ਕੇ ਉਹਨਾਂ ਨੂੰ ਪਾਰ ਕਰਾ ਗਏ। ਅਤੇ ਦੂਸਰੇ ਪਾਸੇ ਜਿਹੜੇ ਆ ਉਹ ਸ਼ਰਾਰਤੀ ਕੁਝ ਇਹੋ ਜਿਹੇ ਹੈਗੇ ਸਨ ਹਿੰਦੂ ਪਰਿਵਾਰਾਂ ਦੇ ਲੋਕ, ਜਿਨ੍ਹਾਂ ਨੇ ਇਹਨਾਂ ਦੇ ਸਾਹਮਣੇ, ਅੱਖਾਂ ਦੇ ਸਾਹਮਣੇ ਨਾਲ ਲੱਗਦਾ ਦਰਿਆ ਵੀ ਰਾਵੀ ਦਰਿਆ ਆ, ਉਹਦੇ ਕਿਨਾਰੇ ਦੇ ਉੱਤੇ ਮੁਸਲਮਾਨ ਗੁੱਜਰ ਭਾਈਚਾਰੇ ਦੇ ਲੋਕਾਂ ਨੂੰ ਮਾਰਿਆ, ਅਤੇ ਕੁਝ ਡਰਦੇ ਵਿਚਾਰੇ ਛਾਲ ਮਾਰ ਕੇ ਮਰ ਗਏ ਵਿੱਚ। ਉਹ ਪਤਾ ਨਹੀਂ ਉਹਨਾਂ ਨਾਲ ਕੀ ਬਣਿਆ, ਕੀ ਨਹੀਂ ਵਾਪਰਿਆ, ਇਹ ਇਹਨਾਂ ਨੂੰ ਨਹੀਂ ਪਤਾ ਹੈਗਾ। ਇਹ ਮੁਲਕ ਦੀ ਆਜ਼ਾਦੀ ਲੈਣ ਵਾਸਤੇ ਬੜਾ ਵੱਡੀਆਂ ਕੁਰਬਾਨੀਆਂ, ਬੜੀ ਵੱਡੀ ਜੱਦੋ ਜਹਿਦ ਕੀਤੀ, ਬੜਾ ਵੱਡਿਆ ਤਪੱਸਿਆ ਸਮਝੋ ਕੀਤੀ ਉਹਨਾਂ ਲੋਕਾਂ ਨੇ ਜਿਹਨੇ ਸਾਡੇ ਵੱਡੇ ਸਨ, ਅਤੇ ਆਜ਼ਾਦੀ ਸਾਨੂੰ ਲੈ ਕੇ ਦਿੱਤੀ। ਚਾਹੀਦਾ ਤਾਂ ਸੀ ਆਜ਼ਾਦੀ ਲੈਣ ਤੋਂ ਬਾਅਦ ਖੁਸ਼ੀਆਂ ਦੇ ਖੇੜਿਆਂ ਦਾ ਮਾਹੌਲ ਬਣਦਾ, ਪਰ ਮਾਹੌਲ ਬਣ ਗਿਆ ਦੂਸਰਾ, ਕਿ ਉਜਾੜਿਆਂ ਦਾ। ਉਜਾੜਿਆਂ ਦਾ ਵੀ ਅਜਿਹਾ ਮਾਹੌਲ ਪਿਆ ਕਿ ਆਪਣਿਆਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਮਾੜਾ ਸੰਤਾਪ ਭੁਗਤਣਾ ਪਿਆ ਸਾਡੀ ਪੰਜਾਬੀਆਂ ਦੀ ਕੌਮ ਨੂੰ, ਜਿਹੜਾ ਨਾ ਭੁੱਲਣ ਵਾਲਾ ਨਾਸੂਰ ਬਣ ਗਿਆ। ਦੁਨੀਆ ਭਰ 'ਚ ਕਿਤੇ ਵੀ ਕੋਈ ਇਹੋ ਜਿਹਾ ਮੁਲਕ ਨਹੀਂ ਜਾਂ ਇਹੋ ਜਿਹੀ ਕੌਮ ਨਹੀਂ ਜਿਸ ਕੌਮ ਨੇ ਆਪਣੇ
ਬੰਨਿਆਂ ਨੂੰ ਆਪਣੇ ਨੂੰ ਆਪ ਹੀ ਮਾਰਿਆ ਹੋਵੇ। ਇਸ ਕਰਕੇ ਇਹ ਸਮਾਂ ਬੜਾ ਬਜ਼ੁਰਗਾਂ ਨੇ ਇਹਨਾਂ ਮਾੜਾ ਦੇਖਿਆ ਇਹਨਾਂ ਨੇ, ਅਤੇ ਗੱਲ ਕਰ ਰਹੇ ਸਨ ਵੀ ਅਸੀਂ ਤੋਬਾ ਵੀ ਕਰ ਰਹੇ ਸਨ, ਕੰਨਾਂ ਨੂੰ ਹੱਥ ਲਾ ਰਹੇ ਸਨ ਵੀ ਅਸੀਂ ਚਾਹੁੰਦੇ ਹਾਂ ਵੀ ਕਦੀ ਕੋਈ ਵੀ ਮੁਲਕ ਕਿਸੇ ਵੀ ਕੌਮ ਨੂੰ ਉਹੋ ਜਿਹਾ ਸਮਾਂ ਉਜਾੜਿਆਂ ਦਾ ਨਾ ਵੇਖਣਾ ਪਵੇ। ਇਸ ਤੋਂ ਬਾਅਦ ਡਾਕਟਰ ਸਾਹਿਬ ਤੁਸੀਂ ਕੋਈ ਦੁਬਾਰੇ ਕੋਈ ਦੱਸੋ। ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਸਾਡਾ ਪਿੰਡ ਹੈ ਛੰਨੀ ਮੌਲਾ ਜੁਗਿਆਲ ਲਾਲ ਪਿੰਡ ਹੈਗਾ, ਜੁਗਿਆਲ ਦੇ ਨਾਂ 'ਤੇ ਜਾਣਿਆ ਜਾਂਦਾ, ਔਰ ਇਹਦੇ ਨਾਲ ਹੀ ਪਿੰਡ ਹੈਗਾ ਛਾਪਰਕੰਡੀ ਜਿਹੜਾ ਉਸ ਟਾਈਮ ਦਾ ਬਹੁਤ ਹੀ ਫੇਮਸ ਜਿਹੜਾ ਸੀ ਸ਼ਹਿਰ ਸੀਗਾ। ਕਰੀਬ ਕਰੀਬ 25-30 ਪਿੰਡਾਂ ਦੇ ਲੋਕ ਜਿਹੜੇ ਸੀ ਉਹਨੂੰ ਛਾਪਰਕੰਡ ਨੂੰ ਸ਼ਹਿਰ ਦੇ ਤੌਰ 'ਤੇ ਵਰਤਦੇ ਸੀਗੇ। ਉੱਥੇ ਆਪਣੇ ਰੋਜ਼ਮਰ੍ਹਾ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਲੈਣ ਆਉਂਦੇ ਸੀਗੇ। ਬਜਾਜ ਸੀਗੇ, ਬਜਾਜੀ ਦੀਆਂ ਦੁਕਾਨਾਂ ਸਨ, ਦੂਸਰੇ ਕਰਿਆਨੇ ਦੀਆਂ ਦੁਕਾਨਾਂ ਸਨ, ਸੁਨਿਆਰਿਆਂ ਦੀਆਂ ਦੁਕਾਨਾਂ ਸਨ, ਮਤਲਬ ਸ਼ਹਿਰ ਦੇ ਵਿੱਚ ਜੋ ਪਿੰਡਾਂ ਦੀ ਰਿਕੁਆਇਰਮੈਂਟ ਸੀ ਉੱਥੋਂ ਛਾਪਰਕੰਡੀ ਤੋਂ ਉਹਨਾਂ ਨੂੰ ਮਿਲਦੀ ਸੀਗੀ। ਔਰ ਛਾਪਰਕੰਡੀ ਥਾਣਾ ਵੀ ਸੀਗਾ, ਬੜਾ ਪੁਰਾਣਾ ਥਾਣਾ ਸੀਗਾ। ਔਰ ਇਹ ਛਾਪਰਕੰਡੀ ਜਿਹੜਾ ਸੀ ਉਸ ਟਾਈਮ ਬੜਾ ਮੁਸਲਮਾਨਾਂ ਦਾ ਜਿਹੜਾ ਪਿੰਡ ਸੀਗਾ, ਸ਼ਹਿਰ ਸੀਗਾ। ਕਿਲ੍ਹਾ ਸੀਗਾ, ਇੱਕ ਬੜਾ ਪੁਰਾਣਾ ਕਿਲ੍ਹਾ ਹੈਗਾ ਇੱਥੇ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਹੈਗਾ, ਉਹਦੇ ਤੋਂ ਪਹਿਲਾਂ ਦੇ ਸਮੇਂ ਦਾ ਕਿਲ੍ਹਾ ਹੈਗਾ, ਅੱਜ ਵੀ ਕਿਲ੍ਹਾ ਮੌਜੂਦ ਹੈਗਾ। ਔਰ ਇਹ ਸਾਡਾ ਪਿੰਡ ਬਿਲਕੁਲ ਰਾਵੀ ਦਰਿਆ ਜਿਹੜਾ ਉਹਦੇ ਬਿਲਕੁਲ ਕਿਨਾਰੇ 'ਤੇ ਹੈ, ਕੋਈ 1-1.5 ਕਿਲੋਮੀਟਰ ਦੂਰ ਹੈ। ਇਹਦੇ ਤੋਂ ਨਾਲ ਹੀ ਮਾਧੋਪੁਰ ਤੋਂ ਅੱਗੇ ਜਿਹੜਾ ਸੀ ਉਹ J&K ਸ਼ੁਰੂ ਹੋ ਜਾਂਦਾ, ਕਰੀਬ ਕਰੀਬ 5-6 ਮੀਲ ਤੋਂ ਜਿਹੜਾ ਹੈਗਾ J&K ਸ਼ੁਰੂ ਹੋ ਜਾਂਦਾ। ਜਦੋਂ ਇਹ ਮਾਰਸ਼ਲ ਹੋਏ ਹੈ ਉਸ ਟਾਈਮ ਬਹੁਤ ਸਾਰੇ ਜਿਹੜੇ ਸਾਡੇ ਇੱਥੋਂ ਦੇ ਮੁਸਲਮਾਨ ਪਰਿਵਾਰ ਸੀਗੇ ਉਹ ਇੱਥੋਂ ਚੱਲ ਕੇ ਨਾਲ ਹੀ ਜੰਮੂ ਕਸ਼ਮੀਰ 'ਚ ਚਲੇ ਗਏ, ਕਿਉਂਕਿ ਜੰਮੂ ਕਸ਼ਮੀਰ ਉਸ ਟਾਈਮ ਜਿਹੜਾ ਇੰਡੀਆ ਦਾ ਪਾਰਟ ਨਹੀਂ ਸੀਗਾ, ਉਹਦੇ ਵਿੱਚ ਕੋਈ ਡਿਸਪਿਊਟ ਨਹੀਂ ਸੀਗਾ। ਇਸੇ ਤਰ੍ਹਾਂ ਹੀ ਪਿੰਡ ਥਲਿਆਲ ਹੈਗਾ ਜਿੱਥੇ ਤਰਾਨਾ ਸਾਹਿਬ ਇੰਟਰਵਿਊ ਵੀ ਕਰਕੇ ਆਏ ਹੈ, ਉਹ ਥਲਿਆਲ ਦੇ ਵਿੱਚ ਵੀ ਬੜੇ ਵੱਡੇ ਜਾਇਲਦਾਰ ਸੀਗੇ, ਗਾਮਾ ਗਾਮਾ ਕਰਕੇ ਉਹਨਾਂ ਦਾ ਨਾਮ ਸੀਗਾ। ਔਰ ਉਹਨਾਂ ਦਾ ਵੀ ਇਸ ਪਿੰਡ ਦੇ ਵਿੱਚ ਨੇੜੇ ਤੇੜੇ ਪਿੰਡਾਂ ਦੇ ਵਿੱਚ ਬੜਾ ਅਸਲ ਰਸੂਖ ਸੀਗਾ। ਉਹ ਵੀ ਆਪਣੀ ਸਾਰੀ ਦੀ ਸਾਰੀ ਜਨਤਾ ਨੂੰ ਲੈ ਕੇ ਮਾਧੋਪੁਰ ਤੋਂ ਪਰਲੇ ਪਾਸੇ ਚਲੇ ਗਏ ਔਰ ਉੱਥੋਂ ਸੇਫਲੀ ਉਹ ਪਾਕਿਸਤਾਨ ਨੂੰ ਚਲੇ ਗਏ ਸੀਗੇ। ਅੱਛਾ, ਉਹ ਜਿਹੜਾ ਤੁਸੀਂ ਦੱਸ ਰਹੇ ਵੀ ਉਹ ਕੀ ਵਾਪਰਿਆ ਗੱਲ ਜਿਹੜੀ ਗਾਮੇ ਵਾਲੀ, ਇੱਥੇ ਜਦੋਂ ਸਾਰੇ ਮੁਸਲਮਾਨ ਇਕੱਠੇ ਹੋ ਗਏ ਉੱਥੇ, ਬੜੇ ਗੁਜਰ ਦੇਸੀ ਗੁਜਰ ਬੜੇ ਇਕੱਠੇ ਹੋਈਏ ਇੱਥੇ, ਬਰ ਇਲਾਕੇ ਤੋਂ ਸਾਰੇ ਗੁਜਰ ਇੱਥੇ ਆ ਗਏ, ਇੱਥੇ ਆ ਗਿਆ ਮੁਸਲਮਾਨ ਬੜੇ ਆਈਏ। ਅੱਛਾ, ਉਹ ਆਪਣਾ ਖੜਾ ਹੈ ਆਟਾ ਪਿਆ ਪਿਆ ਖਾਂਦਾ ਰਿਹਾ ਰੋਟੀ। ਅੱਛਾ, ਕਾਫੀ ਕਣਕੇ ਕਾਫੀ ਆਪਣੇ ਰੋਟੀ ਖਾਂਦੇ ਰਹੇ। ਅੱਛਾ, ਤੇ ਬਾਹਰੋਂ ਜਿਹੜਾ ਜਿਹੜਾ ਜਸੇ ਪਿਆ ਨਾ ਬਾਹਰੋਂ ਸੰਗ ਦੇ। ਅੱਛਾ, ਚਮੱਖਾ ਚਮੱਖਾ ਦੁਨੀਆ ਹੋਈ। ਅੱਛਾ, ਮਤਲਬ ਚਾਰ ਸਵੇਰਿਓ ਜਿਹੜੇ ਹਿੰਦੂ ਜਿਹੜੇ ਸਥਾਨ ਸੀ ਲੋਕ ਉਹ ਸਭ ਇਕੱਠੇ ਜਦੋਂ ਇੱਥੇ ਆਏ ਉਹਨਾਂ ਨੂੰ ਮਾਰਨ ਵਾਸਤੇ, ਫਿਰ ਕੀ ਕੀਤਾ ਉਹਨੇ? ਉਹ ਜਿਹੜਾ ਘੋੜੀ ਵਿੱਚ ਲਿਆ, ਘੋੜੀ ਸ਼ਰਾਬ ਕੋ ਬੋਤਲ ਪਿਆਈ ਉੱਪਰ ਜਿਹੜਾ ਮਾਰਨਾ ਚੱਕਰਦਾ ਜਿੰਦੀਆਂ ਨੱਸਦੇ ਜਾਂਦੇ ਸੀ। ਕਿਹਦੇ ਕੋਲੋਂ ਕੌਣ ਮਾਰਦਾ ਚੱਕਰ? ਉਹ ਜੰਗਾਮਾ ਮੁਸਲਮਾਨ ਜੈਲਦਾਰ ਜੈਲਦਾਰ ਜਿਹੜਾ ਬਣਦਾ ਉਹ ਮਤਲਬ ਕਿ ਘੋੜੀ ਚੜ੍ਹ ਕੇ ਜਦੋਂ ਚਾਰ ਸਵੇਰੇ ਘੁੰਮਦਾ ਸੀ ਤਾਂ ਉਹਦੀ ਦਹਿਸ਼ਤ ਇੰਨੀ ਵੀ ਉਹ ਦੌੜ ਜਾਂਦਾ ਸੀ। ਉਹਦੇ ਸਭ ਤੋਂ ਡਰ ਹੁੰਦਾ ਇੱਕ ਸੰਧੂ ਹਾ ਮੁਸਲਮਾਨ ਗੋ ਦਾ ਜਨ ਜੱਟ ਗੋਰਾ ਧੁੱਪ ਪੂਰਾ ਉਹ ਤਰਾ ਚੱਕਲੇ ਤਰਾ ਵਾਰੀ ਬਰੂਹ ਮਾਰੀ ਨੇ ਤਰਾ ਵੀ ਰਹਿੰਦੇ ਸੀਗੇ ਫਿਰ ਖੋੜੀ ਥੰਮੀ ਘੋੜੀ ਥੰਮੀ ਨੇ ਉਹ ਮੈਂ ਕਿਹਾ ਫਟ ਬਥੇਰੀ ਜਾਣਾ ਤੇ ਕਿੰਨੀ ਵਾਰੀ ਜਿਲ੍ਹਾ ਸ਼ਵੈਦ ਬਦੁੱਖ ਮਾਰੀ ਦੱਸਣ ਚਲੀ ਤੇਰੀ ਬਦੁੱਖ ਹੈ ਫਿਰ ਉੱਥੇ ਮੁੰਡੇ ਨੀਚੇ ਪਾ ਲਿਆ ਫਿਰ ਹੋਏ ਆਪਣੇ ਉਹਦਾ ਫਿਰ ਆਈ ਜਾਂਦਾ ਗਲਾ ਚਵੋ ਪਾਲੇਗੀ ਕੀ ਕਹਿ ਬਾਪੂ ਨੇ ਦੱਸਿਆ ਠੀਕ ਹੈ ਬਾਪੂ ਨੇ ਕੀ ਸਾਨੂੰ ਸਮਝ ਆ ਸੀ ਨਾ ਸੀ ਕੀ ਕਹਿ ਬਾਪੂ ਜੀ ਨੇ ਉਹ ਕਹਿੰਦੇ ਜਦੋਂ ਉਹ ਸੰਧੂ ਸਾਹਿਬ ਕੋ ਸਰਦਾਰ ਜੀ ਨੇ ਤੇ ਉਹ ਆ ਗਏ ਸਿੱਖ ਸਰਦਾਰ ਆ ਗਏ ਅੱਛਾ ਤੇ ਉਹਨੇ 3 ਵਾਰ ਉਹਦੇ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਚਲਾਈ ਵੀ ਉਹ ਨਹੀਂ ਉਹ ਰਾਈਫਲ ਨਹੀਂ ਚਲੀ ਅੱਛਾ ਉਹ ਬੰਦੂਕ ਨਹੀਂ ਚਲੀ ਅੱਛਾ ਗੋਲੀ ਨਹੀਂ ਨਿਕਲੀ ਫਿਰ ਤੀਜੀ ਵਾਰ ਚੌਥੀ ਵਾਰ ਜਿਹੜੇ ਉਹ ਫਿਰ ਉਤਰ ਕੇ ਨਾਮਾ ਜਿਹੜਾ ਜਾਇਲਦਾਰ ਸੀ ਗਾਮਾ ਉਤਰ ਕੇ ਉਸਨੇ ਕਿਹਾ ਵੀ ਤੂੰ ਥੋੜ੍ਹੀ ਬਹੁਤੀ ਸ਼ਰਮ ਕਰ ਲੈ ਤੈਨੂੰ ਮੈਂ ਕਿੰਨੀ ਵਾਰ ਥਾਣੇ ਛਡਾਇਆ ਹਰ ਜਗ੍ਹਾ ਛਡਾਇਆ ਫਿਰ ਤੂੰ ਮੈਨੂੰ ਮਾਰ ਰਿਹਾ ਫਿਰ ਉਸਨੇ ਕਿਹਾ ਵੀ ਫਿਰ ਉਹ ਆਪਣੇ ਆਪ ਨੂੰ ਸ਼ਰਮਿੰਦਾ ਹੋ ਕੇ ਅਤੇ ਚਲੇ ਗਿਆ ਫਿਰ ਉਹਨੇ ਕਿਹਾ ਵੀ ਹੁਣ ਚਲੋ ਸਾਰੇ ਆਪਣੇ ਇਲਾਕੇ ਜਾ ਸਕਦੇ ਪਾਕਿਸਤਾਨ ਹੁਣ ਬੜਾ ਉਹ ਜਿਹੜਾ ਗਾਮਾ ਸੀਗਾ ਉਹ ਬੜਾ ਮਨੁੱਖਤਾਵਾਦੀ ਬੰਦਾ ਸੀ ਬੜਾ ਰੱਬ ਨੂੰ ਪਰਮੇਸ਼ਰ ਨੂੰ ਅੱਲਾ ਨੂੰ ਮੰਨਣ ਵਾਲਾ ਬੰਦਾ ਸੀਗਾ ਅਤੇ ਆਪਾਂ ਜੀ ਤੁਸੀਂ ਦੱਸਿਓ ਕਿ ਉਸ ਸਮੇਂ ਦਾ ਕੀ ਹਾਲਾਤ ਸੀਗੇ ਜੋ ਤੁਸੀਂ ਵੇਖਿਆ ਜੋ ਸੁਣਿਆ ਆਪਣੇ ਵੱਡਿਆਂ ਕੋਲੋਂ ਨਹੀਂ ਅਸੀਂ ਤਾਂ ਛੋਟੇ ਹੁੰਦੇ ਸੀ 10-11 ਸਾਲ ਦੇ ਸੀਗੇ ਅੱਛਾ ਜੀ ਬਾਹਰ ਅਸੀਂ ਗਏ ਨਹੀਂ ਪਰ ਸੁਣਦੇ ਸੀਗੇ ਕਿ ਇੱਥੋਂ ਜਿਹੜੇ ਵੱਡੇ ਵੱਡੇ ਲੋਕ ਇਕੱਠੇ ਹੋ ਕੇ ਜੱਥਾ ਬਣਾ ਕੇ ਜਾਂਦੇ ਆ ਅੱਛਾ ਜੀ ਔਰ ਗਏ ਵੀ ਹੈ ਫਿਰ ਜਦੋਂ ਲੁੱਟ ਕਸੁੱਟ ਹੁੰਦੀ ਤਾਂ ਕੁਛ ਚੀਜ਼ਾਂ ਲੈ ਕੇ ਵੀ ਆਇਆ ਅੱਛਾ ਕਿਸੇ ਤੋਂ ਕੋਈ ਸਾਈਕਲ ਚੁੱਕ ਲਿਆ ਕੋਈ ਬੁਲਡੋਜ਼ ਚੁੱਕ ਲਿਆ ਕੋਈ ਉਹ
ਬਾਜਾ ਹੁੰਦਾ ਜਿਹੜਾ ਚੱਲ ਚੱਲਦਾ ਹੈ ਤਾਵੇ ਵਾਲਾ ਬਾਜਾ, ਉਹ ਚੁੱਕੇ ਲਿਆਇਆ। ਮੈਂ ਜਿਹੜੇ ਕੋਈ ਲੁਟੇਰਾ ਕਿਸਮ ਦੇ ਲੋਕ ਸੀਗੇ ਬਾਹਰ, ਜਿਹੜੇ ਮੁਸਲਮਾਨ ਭਾਈਚਾਰੇ ਦੇ ਜਿਹੜੇ ਲੋਕ ਜਾ ਰਹੇ ਸੀ ਵਾਪਸ ਆਪਣੇ ਮੁਲਕ ਨੂੰ, ਨਵੇਂ ਬਣੇ ਮੁਲਕ ਨੂੰ, ਉਦੋਂ ਉਹਨਾਂ ਦੇ ਘਰਾਂ 'ਚ ਲੁੱਟ ਲਿਆਉਣ ਜਾਂਦੇ ਸੀਗੇ, ਕੁਛ ਸ਼ਰਾਰਤੀ ਉਹ ਚੀਜ਼ਾਂ ਮਿਲਦੀਆਂ ਸੀ ਚੁੱਕੇ ਲੈਂਦੇ ਸੀ। ਅਤੇ ਇੱਥੇ ਸਾਡੇ ਇੱਕ ਸਾਡੇ ਵੱਡੇ ਭਰਾ ਲੱਗਦੇ ਆ ਮੁਹੱਲੇ 'ਚ, ਉਹ ਸਿਆਣੇ ਸੀਗੇ, ਉਹ ਇੱਥੇ ਸਾਡੇ ਤਲਾਅ 'ਤੇ ਦੋ ਪਿੱਪਲ ਬੂਟੇ ਹੁੰਦੇ ਬਹੁਤ ਵੱਡੇ ਵੱਡੇ, ਤਾਂ ਉਹ ਜਿਹੜਾ ਸਿਆਣਾ ਸੀ ਸਾਡਾ ਭਰਾ ਵੱਡਾ ਭਰਾ, ਉਹ ਉਹਦੇ ਉੱਪਰ ਚੜ੍ਹਦਾ ਸੀ। ਅੱਛਾ। ਉਹ ਪਿੱਪਲ ਦੇ ਠੀਕ ਉੱਪਰ ਟਹਿਣੀ 'ਤੇ ਜਾ ਕੇ ਚਾਰੋਂ ਤਰਫ ਦੇਖਦਾ, ਪੂਰੀ ਦੂਰ ਦੂਰ ਤੱਕ ਆਵਾਜ਼ ਜਾਂ ਨਜ਼ਰ ਜਾਂਦੀ ਸੀ ਵੀ ਕਿਤੇ ਕੋਈ ਛੱਤ ਆਥ ਨਹੀਂ ਰਿਹਾ ਸਾਡੇ ਇਲਾਕੇ, ਜਾਂ ਕੋਈ ਗੜਬੜਤ ਨਹੀਂ ਹੋ ਰਿਹਾ ਜੋ ਕੁਛ ਹੈ। ਤਾਂ ਉੱਥੋਂ ਬੈਠਾ ਬੈਠਾ ਉਹ ਇਨਫੋਰਮੇਸ਼ਨ ਲੈਂਦਾ ਸੀ ਕਿ ਉੱਧਰੋਂ ਉੱਧਰ ਨੂੰ ਗਏ ਨੇ, ਉੱਧਰੋਂ ਉੱਧਰ ਨੂੰ ਗਏ ਨੇ, ਉੱਥੇ ਇਹ ਹੋ ਰਿਹਾ, ਉੱਥੇ ਇਹ ਹੋ ਰਿਹਾ, ਉੱਥੇ ਧੁੰਗਾ ਉੱਠ ਰਿਹਾ, ਉੱਥੇ ਇਹ ਕਰ ਰਿਹਾ, ਉਹ ਕਰ ਰਿਹਾ, ਇਹ ਉੱਥੋਂ ਇਨਫੋਰਮੇਸ਼ਨ ਸਾਰੀ ਮਿਲਦੀ ਇਸ ਇਲਾਕੇ ਨੂੰ ਮਿਲਦੀ ਸੀ। ਅਤੇ ਤੁਹਾਡਾ ਉਹਦਾ ਪਿੰਡ ਜਿਹੜਾ ਇੱਥੇ ਮਾਹੌਲ ਠੀਕ ਠਾਕ ਰਿਹਾ, ਕੋਈ ਇੰਟਰਫੇਰੈਂਸ ਨਹੀਂ, ਕੋਈ ਗੱਲਬਾਤ ਨਹੀਂ, ਕੋਈ ਕੁਛ ਨਹੀਂ। ਉਹ ਦੱਸੀ ਆ ਭਰਾ ਨੇ ਕਿ ਦੋ ਘਰ ਸੀਗੇ ਉਹਨਾਂ ਦੀ, ਇਹਨਾਂ ਨੇ ਪਿੰਡ ਦੀਆਂ ਮਦਦ ਕੀਤੀ, ਉਹ ਨਾਲ ਲਿਜਾ ਕੇ ਉਹਨਾਂ ਨੂੰ ਪਾਕਿਸਤਾਨ ਭਜਾ ਦਿੱਤਾ, ਉਹਨਾਂ ਵਾਲੇ ਕੋਈ ਕਿਸੇ ਨਹੀਂ। ਹਾਂ, ਜਿਹੜੇ ਸ਼ਹਿਰ ਦੇ ਲੋਕ ਸੀ ਉਹਨਾਂ ਵਿੱਚੋਂ ਇੱਕ ਇਹਨਾਂ ਨੂੰ ਨਾਮ ਲਿਆਇਆ ਕਿ ਬੱਲੋ ਹਕੀਮ ਸੀ ਇੱਕ, ਉਹ ਬੱਲੋ ਹਕੀਮ ਸਾਡੇ ਪਿਤਾ ਦਾ ਬਹੁਤ ਹੀ ਕਲੋਜ਼ ਸੀ, ਹਕੀਮ ਸੀ ਉਹ। ਜਦੋਂ ਸਾਡੇ ਫਾਦਰ ਬਿਮਾਰ ਹੋ ਜਾਂਦੇ ਸੀ ਤਾਂ ਉਹ ਇਹਨਾਂ ਕੋਲ ਆਉਂਦੇ, ਇਹਨਾਂ ਨੂੰ ਬੁਲਾਉਂਦੇ ਸੀ, ਤਾਂ ਉਹ ਸਿੰਗੀਆਂ ਜਿਹੀ ਲਾਉਂਦੇ ਸੀ ਸਰੀਰ 'ਤੇ, ਸਿੰਗੀਆਂ ਲਗਾ ਕੇ ਦਰਦ ਦੂਰ ਕਰਦੇ ਸੀ। ਅਤੇ ਉਹ ਵੀ ਸ਼ਬ ਕੰਡੀ ਖਲਕੇ ਪਾਸੇ ਉਹ ਮੁਹੱਲੇ ਵਿੱਚ ਰਹਿੰਦੇ ਸੀ। ਅਤੇ ਜਦੋਂ ਅਸੀਂ ਪੜ੍ਹਦੇ ਸੀ, ਤੀਸਰੀ ਜਮਾਤ 'ਚ ਪੜ੍ਹਦੇ ਸੀ, ਵਾਪਸ ਘਰ ਨੂੰ ਆ ਰਹੇ ਸੀ ਅਤੇ ਉਸ ਮੁਹੱਲੇ 'ਚੋਂ ਨਿਕਲਿਆ ਸੀ। ਜਦੋਂ ਮੁਹੱਲੇ 'ਚੋਂ ਨਿਕਲੇ ਤਾਂ ਉੱਥੇ ਬੜੀ ਭੀੜ ਭੜਾਕਾ ਹੋਇਆ, ਦੁਨੀਆ ਇਕੱਠੀ ਹੋਈ। ਅਸੀਂ ਜਾ ਕੇ ਬੱਚੇ ਸੀ, ਬੱਚੇ ਨੂੰ ਕੀ ਤਮਾਸ਼ਾ ਦੇਖਣਾ ਹੈ, ਅਸੀਂ ਚਲੇ ਗਏ ਲਾ ਕੇ। ਤਾਂ ਉੱਥੇ ਖੱਡਾ ਖੋਦ ਰਿਹਾ, ਖੱਡਾ ਉਹਨੇ ਕਾਫੀ ਖੋਦਿਆ, ਉਹ ਖੱਡਾ ਖੋਦ ਕੇ ਵਿੱਚੋਂ ਚਾਂਦੀ ਦੇ ਰੁਪਈਏ ਉਹ ਪੁੱਟ ਪੁੱਟ ਕਿਤੇ ਬਾਹਰ ਸੁੱਟ ਰਹੇ ਆ, ਚੁੱਕ ਚੁੱਕ ਕੇ ਬਾਹਰ ਸੁੱਟ ਰਹੇ ਆ। ਮਤਲਬ ਉੱਥੋਂ ਦੱਬੇ ਸੀ ਉਹਨਾਂ ਨੇ, ਉਹ ਕਢਾਏ ਬਾਹਰੋਂ ਆਏ ਹੋਏ ਸੀਗੇ, ਪਾਕਿਸਤਾਨ 'ਚੋਂ ਆਏ ਹੋਏ ਸੀ ਮੁਸਲਮਾਨ, ਉਹਨਾਂ ਕਢਾਏ ਉਹ। ਤਾਂ ਸਾਡੇ ਦੇਖਦੇ ਦੇਖਦੇ ਉਹ ਕਾਫੀ ਉਹਨਾਂ ਨੇ ਬੋਝ ਬਣਾ ਲਿਆ, ਮਤਲਬ ਚਾਂਦੀ ਦੇ ਪੈਸਿਆਂ ਦਾ, ਤਾਂ ਉਹ ਲੈ ਕੇ ਗਏ ਸਾਡੇ ਸਾਹਮਣੇ। ਅਤੇ ਬਾਕੀ ਹੋਰ ਵੀ ਕਈ ਤਰ੍ਹਾਂ ਦੇ ਨੁਕਸਾਨ ਲੋਕਾਂ ਦੇ ਹੋਏ ਆ। ਜੈਸੇ ਅਦਿਆਲ ਦਾ ਕਹਿੰਦੇ ਨੇ ਇੱਕ ਹਕੀਮ ਸੀ, ਉਹ ਵੀ ਉਹਦੀਆਂ ਦੋ ਤਿੰਨ ਧੀਆਂ ਸੀ, ਉਹਨਾਂ ਨੂੰ ਲਿਆ ਸਾਡਾ ਪਿੰਡ ਲਿਆਇਆ, ਕੁਛ ਬਦਮਾਸ਼ ਲੋਕ ਉਹਨਾਂ ਨੇ ਬੁੜੇ ਨੂੰ ਤੋਂ ਮਾਰ ਦਿੱਤਾ ਅਤੇ ਧੀਆਂ ਵੰਡ ਲਈਆਂ ਇੱਕ ਉੱਧਰ ਇੱਧਰ ਉੱਧਰ, ਬਾਅਦ 'ਚ ਉਹ ਵੀ ਪਤਾ ਲੱਗਣ 'ਤੇ ਪ੍ਰਸ਼ਾਸਨ ਲੈ ਗਿਆ। ਸਮਾਂ ਇਸ ਤਰ੍ਹਾਂ ਦਾ ਸੀਗਾ ਜੀ ਖਰੇ, ਅਤੇ ਇੱਕ ਦੱਸਿਓ ਕਿ ਸਮਾਂ ਉਹ ਚੰਗਾ ਸੀ ਕਿ ਹੁਣ ਚੰਗਾ ਆ? ਉਹ ਚੰਗਾ ਹਾਂ। ਅੱਛਾ। ਹੁਣ ਤਾਂ ਬੇਮਨ ਦਾ ਮਹਿੰਗਾਈ ਦਾ ਠੱਗ ਵਜੇ ਬੜੀ ਹੈ। ਅੱਛਾ। ਹਾਂ, ਉਹ ਸਮਾਂ ਚੰਗਾ, ਭਲਾ ਮਾਸ ਸਮਾਂ ਹਾਂ। ਅੱਛਾ। ਅਤੇ ਇਹਦਾ ਮਤਲਬ ਕਿ ਜਿਹੜਾ ਉਹ ਸਮੇਂ ਇਨਸਾਫ ਸੀ ਲੋਕਾਂ 'ਚ, ਉਹ ਜੇਕਰ ਵੰਡ ਹੋਈ ਸੀ ਨਾ ਤਾਂ ਵੰਡਾ ਕਾਰਨ ਫਿਰ ਮੁਸਲਮਾਨ ਕੱਢਣੇ, ਉਹਨਾਂ ਹਿੰਦੂ ਕੱਢੇ, ਇੱਥੋਂ ਮੁਸਲਮਾਨ ਕੱਢੇ, ਉਹ ਤਾਂ ਵਿਗਾੜ ਪਿਆ ਨਾ, ਹੁਣ ਤਾਂ ਸਾਰੇ ਲੋਕ ਆਪਣੇ ਆਪਣੇ ਸ਼ਾਹ ਦਾ ਵਰਤਾ ਮਰਦਾ ਆ ਜਾਣਾ। ਠੀਕ ਠੀਕ। ਉਹ ਸਮਾਂ ਚੰਗਾ ਸੀ ਤੁਹਾਡੇ ਸਾਹਿਬ? ਬਹੁਤ ਚੰਗਾ ਸਾਡੇ ਸਾਹਿਬ, ਇਮਾਨਦਾਰੀ ਬੜੀ ਸੀ। ਠੀਕ। ਸਭ ਦੁਨੀਆ ਇਕੱਠੇ ਹੀ ਬਹਿੰਦੇ, ਗੱਪਾਂ ਲਾਉਂਦੇ ਸੀ ਸਾਰੇ, ਮੋਹ ਮੁਹੱਬਤ। ਹਾਂ, ਤਾਂ ਹੁਣ ਦੇਖ, ਹੁਣ ਇੱਕ ਦੂਜਾ ਕੋਈ ਬਿਮਾਰੀ ਦਾ ਪਤਾ ਨਹੀਂ ਲੈਂਦਾ, ਉਹ ਆਉਂਦੇ ਵੀ ਨਹੀਂ ਸੀ, ਹੁਣ ਐਸਾ ਸਮਾਂ ਹੈ। ਉਹ ਤੁਹਾਡੇ ਬੰਦੇ ਜੀ, ਸਾਡੇ ਬੰਦੇ। ਦੇਖੋ, ਜਿਹੜਾ ਅੱਜ ਪੰਜਾਬੀਆਂ ਦੀ ਸਾਂਝ ਪਹਿਲਾਂ ਵੀ ਕਾਮਯਾਬ ਸੀ ਅਤੇ ਸਾਂਝ ਹੁਣ ਵੀ ਕਾਮਯਾਬ ਰਹਿਣੀ ਆ, ਅਤੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਜਿਹੜੀ ਆ ਪੰਜਾਬੀਆਂ ਦੀ ਜਿਹੜੀ ਇਹ ਸਾਂਝ ਆ ਜਾਂ ਏਕਤਾ ਆ, ਮਜ਼ਬੂਤੀ ਆ, ਉਹ ਸਦਾ ਕਾਇਮ ਰਹੇਗੀ। ਅੱਜ ਦਾ ਜਿਹੜਾ ਬਾਪੂ ਜੀ ਨਾਲ ਮੁਲਾਕਾਤ ਦਾ ਜਿਹੜਾ ਸਾਡਾ ਸਿਲਸਿਲਾ ਸੀਗਾ, ਇੱਥੇ ਅਸੀਂ ਬੰਦ ਕਰਦੇ ਹਾਂ। ਇਸ ਤੋਂ ਬਾਅਦ ਤੁਹਾਨੂੰ ਫਿਰ ਕਿਸੇ ਹੋਰ ਪਿੰਡ, ਕਿਸੇ ਹੋਰ ਜ਼ਿਲ੍ਹੇ 'ਚ ਲੈ ਕੇ ਜਾਵਾਂਗੇ, ਕਿਸੇ ਹੋਰ ਇਹੋ ਜਿਹੇ ਬਜ਼ੁਰਗਾਂ ਨਾਲ ਬੁਲਾਵਾਂਗੇ ਜਿਹੜੇ ਸੰਨ 47 ਦੀ ਵੰਡ ਵੇਲੇ ਦੇ ਅੱਖੀ ਡਿੱਠੇ ਗਵਾਹ ਹੋਣਗੇ। ਬਜ਼ੁਰਗ ਸਾਡਾ ਸਰਮਾਇਆ ਨੇ, ਸੱਚ ਬੋਲਦੇ ਨੇ, ਸੱਚ ਬੋਲਦੇ ਨੇ, ਸੱਚੀ ਗੱਲ ਦੱਸੀਏ ਕਿ ਸਾਡੇ ਸਾਹਮਣੇ, ਅੱਖਾਂ ਦੇ ਸਾਹਮਣੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਾਰਿਆ ਗਿਆ ਇੱਥੇ, ਔਰ ਉਹਨਾਂ ਦੀ ਬੇਦੋਸ਼ਾਂ ਦਾ ਕਤਲ ਹੋਇਆ, ਬਸ ਸੱਚ ਬੋਲਿਆ ਉਹਨਾਂ ਨੇ। ਅਤੇ ਇਹੋ ਜਿਹੇ ਤੁਹਾਨੂੰ ਬਜ਼ੁਰਗਾਂ ਨੂੰ ਜਿਹੜੇ ਉਹ ਅੱਖੀ ਡਿੱਠੇ ਗਵਾਹ ਨੇ, ਉਹਨਾਂ ਚੈਨਲ ਸਾਡੀ ਜਿਹੜੀ ਸਾਰ ਪੰਜਾਬ ਦੀ ਚੈਨਲ ਦੀ ਟੀਮ ਆ, ਇਹਨੂੰ ਦਿਓ ਛੁੱਟੀ। ਧੰਨਵਾਦ, ਧੰਨਵਾਦ ਜੀ। ਬਾਪੂ ਜੈਸੀ ਜੀ ਦਾ ਅੱਜ 100ਵਾਂ ਜਨਮ ਦਿਨ ਆ, ਉਹਨਾਂ ਦਾ ਪਰਿਵਾਰ ਮਨਾ ਰਿਹਾ, ਬੜੀ ਖੁਸ਼ੀ ਖੇੜੇ ਦਾ ਮਾਹੌਲ ਬਣਿਆ ਇਸ ਘਰ ਦੇ ਵਿੱਚ। ਅਤੇ ਆਓ, ਇਸ ਵੇਲੇ ਇਹ ਪਰਿਵਾਰ ਦੀਆਂ ਬੀਬੀਆਂ ਬੈਠੀਆਂ ਨੇ, ਕੁਝ ਗੀਤ ਸੁਣਨੇ ਇਹਨਾਂ ਕੋਲੋਂ, ਅਰਧ ਡੋਗਰੀ ਇਹਨਾਂ ਦੇ ਆਪਣੀ ਭਾਸ਼ਾ ਦਾ ਸੁਣਨੇ ਇਹਨਾਂ ਕੋਲ। ਬਾਪੂ ਜੀ ਬੈਠੇ ਨੇ, ਪਰਿਵਾਰ ਬੈਠਾ ਇਹਨਾਂ ਦਾ। ਹਾਂਜੀ, ਸ਼ੁਰੂ ਕਰੋ ਜੀ। ਇਹ ਆਪਣੇ ਜੇਠ ਸਾਹਿਬ ਦੇ ਜਨਮਦਿਨ ਦੀ ਖੁਸ਼ੀ 'ਚ ਗਾ ਰਹੇ ਨੇ।
ਬਾਲਾ ਜਰਮਿਆਂ ਕਿਨ ਕਿਨ ਸੁਣਿਆ, ਬਾਲਾ ਜਰਮਿਆਂ ਕਿਨ ਕਿਨ ਸੁਣਿਆ, ਕੌਣ ਕੌਣ ਵੱਡੇ ਵਧਾਈਆਂ ਰੇ, ਅੱਜ ਸਾਡੇ ਵਾਲੇ ਜਨਮ ਲਿਆ, ਕੌਣ ਕੌਣ ਵੱਡੇ ਵਧਾਈਆਂ ਰੇ, ਸਾਡੇ ਜਨਮ ਲਿਆ, ਬਾਲਾ ਜਰਮਿਆਂ ਭਾਬੀ ਨੇ ਸੁਣਿਆ, ਬਾਲਾ ਜਰਮਿਆਂ ਭਾਬੀ ਨੇ ਸੁਣਿਆ, ਵੀਰਾ ਵੰਡੇ ਵਧਾਈਆਂ ਰੇ, ਸਾਡੇ ਵਾਲੇ ਜਨਮ ਲਿਆ, ਵੀਰਾ ਵੰਡੇ ਵਧਾਈਆਂ ਰੇ, ਸੜ ਵਾਲੇ ਜਨਮ ਲਿਆ, ਵਾਲਾ ਜਰਮਿਆਂ ਕਿਨ ਕਿਨ ਸੁਣਿਆ, ਵਾਲਾ ਜਰਮਿਆਂ ਕਿਨ ਕਿਨ ਸੁਣਿਆ, ਕੌਣ ਕੌਣ ਵੱਡੇ ਵਧਾਈਆਂ ਰੇ, ਆ ਸੜ ਵਾਲੇ ਜਨਮ ਲਿਆ, ਕੌਣ ਕੌਣ ਵੱਡੇ ਵਧਾਈਆਂ ਰੇ, ਆ ਸੜ ਵਾਲੇ ਜਨਮ ਲਿਆ, ਵਾਲਾ ਜਰਮਿਆਂ ਮਾਤਾ ਸੁਣਿਆ, ਵਾਲਾ ਜਰਮਿਆਂ ਮਾਤਾ ਸੁਣਿਆ, ਪਿਤਾ ਵੱਡੇ ਵਧਾਈਆਂ ਰੇ, ਆ ਸੜ ਵਾਲੇ ਜਨਮ ਲਿਆ, ਪਿਤਾ ਵੱਡੇ ਵਧਾਈਆਂ ਰੇ, ਕਾਨੂੰ ਤੇ ਛੱਤੀਆਂ ਕੋਠੀਆਂ ਦੇ ਕਾਨੂੰ ਰੱਖਿਆ ਈ ਦੇੜਾ, ਨੌਕਰਾਂ ਦੇ ਕਾਨੂੰ ਰੱਖਿਆ ਈ ਦੇੜਾ, ਤੇਰੇ ਬਸਲੇ ਨੂੰ ਛੱਤੀਆਂ ਕੋਠੀਆਂ ਦੇ, ਤੇਰੇ ਕਤਲੇ ਨੂੰ ਦੇੜਾ, ਗੋਰੀਏ ਦੇ ਤੇਰੇ ਕਤਲੇ ਨੂੰ ਦੇੜਾ, ਤੂੰ ਸਾਡੇ ਜਾਣਾ ਨੌਕਰੀ ਵਿੱਚ ਬਸੇਗਾ ਕਿਹੜਾ, ਨੌਕਰਾਂ ਦੇ ਦਿਲ ਲਾਵੇਗਾ ਮੇਰਾ, ਅਸੀਂ ਜਾਣਾ ਨੌਕਰੀ ਨੀ ਕਰ ਪਾਇਆ ਜੋ ਮੇਰਾ, ਗੋਰੀਏ ਨੇ ਦਿਲ ਲਾਵੇਗਾ ਤੇਰਾ, ਪਾਇਆ ਤੇਰਾ ਤਾਂ ਕੱਢਦਾ ਗਾਲੀਆਂ ਦੇ ਸ਼ਰੀਕ ਜੇ ਮੇਰਾ, ਨੌਕਰਾਂ ਵੇ ਸ਼ਰੀਕ ਜੇ ਮੇਰਾ, ਲਿਖ ਕੇ ਚਿੱਠੀਆਂ ਪਾ ਦਿਆਂ ਨੀ ਛੇਤੀ ਪਾਵਾਂਗਾ ਫੇਰਾ, ਗੋਰੀਏ ਨੀ ਛੇਤੀ ਪਾਵਾਂਗਾ ਫੇਰਾ, ਲਿਖ ਕੇ ਚਿੱਠੀਆਂ ਕੁੰਨ ਪਾਲੀਆਂ ਵੇ ਪੇਕੇ ਲਾਵਾਂਗੀ ਡੇਰਾ, ਨੌਕਰਾਂ ਵੇ ਪੇਕੇ ਲਾਵਾਂਗੀ ਡੇਰਾ, ਪਿਓ ਕੇ ਬਸਲ ਕੁਆਰੀਆਂ ਨੇ ਉੱਥੇ ਕੰਮ ਕੀ ਤੇਰਾ, ਗੋਰੀਏ ਨੇ ਉੱਥੇ ਕੰਮ ਕੀ ਤੇਰਾ, ਪਾਈਆਂ ਦਾ ਸੂਤ ਮੈਂ ਕਾਤਾਂਗੀ ਵੇ ਮੈਨੂੰ ਰਿਜਕ ਬਥੇਰਾ, ਨੌਕਰਾਂ ਵੇ ਮੈਨੂੰ ਰਿਜਕ ਬਥੇਰਾ, ਪਾਈਆਂ ਦਾ ਸੂਤ ਕਿੰਨਾ ਚਿਰ ਕੱਤਾਂਗੀ ਵੇ ਚੇਤਾ ਆਉਣਾ ਆਇਆ ਮੇਰਾ।